ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਨਵ ਬਾਜਵਾ ਤੁਹਾਡਾ ਸਵਾਗਤ ਕਰਦਾ ਪੰਜਾਬੀ ਗੱਭਰੂਆਂ ਦੇ ਇਸ ਮਹਾਂ ਮੁਕਾਬਲੇ ਵਿੱਚ, ਜਿਸਦਾ ਨਾਮ ਹੈ ਮਿਸਟਰ ਪੰਜਾਬ 2016। ਦੋਸਤੋ, ਜਿੱਦਾਂ ਕਿ ਮੈਂ ਕਹਿੰਦਾ ਕਿ ਜ਼ਿੰਦਗੀ ਦੇ ਵਿੱਚ ਫਿੱਟ ਰਹਿਣਾ ਬਹੁਤ ਹੀ ਜ਼ਰੂਰੀ ਆ, ਚਾਹੇ ਉਹ ਐਕਸਰਸਾਈਜ਼ ਕਰਕੇ ਹੋਏ, ਚਾਹੇ ਉਹ ਜਿਮ ਜਾ ਕੇ ਹੋਏ, ਜਾਂ ਫਿਰ ਸਾਈਕਲਿੰਗ ਕਰਕੇ ਹੋਏ। ਵੈਸੇ ਅੱਜ ਸਾਈਕਲਿੰਗ ਕਰਨ ਦਾ ਵੀ ਇੱਕ ਰੀਜ਼ਨ ਹੈ ਮੇਰਾ, ਉਹ ਇਹ ਹੈ ਕਿ ਮੈਂ ਉਸ ਸ਼ਹਿਰ 'ਚ ਪਹੁੰਚਿਆ ਆਡੀਸ਼ਨਸ ਲਈ ਜਿਹੜਾ ਸਾਈਕਲ ਮੈਨੂਫੈਕਚਰਿੰਗ ਲਈ ਪੂਰੀ ਦੁਨੀਆ 'ਚ ਪ੍ਰਸਿੱਧ ਆ। ਜੀ ਹਾਂ, ਬਿਲਕੁਲ ਠੀਕ ਗੈਸ ਕੀਤਾ, ਮੈਂ ਪਹੁੰਚਿਆ ਸ਼ਹਿਰ ਲੁਧਿਆਣੇ 'ਚ। ਮਿਸਟਰ ਪੰਜਾਬ ਬਣੇ, ਉਹ ਵੈਲ ਪਰਸਨੈਲਿਟੀਡ ਹੋਵੇ, ਲੁਕਿੰਗ ਹੋਵੇ, ਇੰਟੈਲੀਜੈਂਟ ਹੋਵੇ, ਪਲੱਸ ਵੂਮੈਨ ਲਈ ਕੁਝ ਕਰੇ। ਮੈਨਚੈਸਟਰ ਆਫ ਇੰਡੀਆ, ਲੁਧਿਆਣਾ। ਮਿਸਟਰ ਪੰਜਾਬ 2016 ਇਸ ਵਾਰ ਲੁਧਿਆਣਾ ਸ਼ਹਿਰ ਤੋਂ ਹੀ ਹੋਗਾ। ਦੋਸਤੋ, ਮਿਸਟਰ ਪੰਜਾਬ 2016 ਦੀ ਸ਼ੁਰੂਆਤ ਹੋਈ ਸੀ ਸ਼ਹਿਰ ਅੰਮ੍ਰਿਤਸਰ ਤੋਂ, ਫਿਰ ਅਸੀਂ ਪਹੁੰਚੇ ਜਲੰਧਰ, ਅਤੇ ਹੁਣ ਸਾਡਾ ਕਾਫਲਾ ਪਹੁੰਚ ਚੁੱਕਿਆ ਸ਼ਹਿਰ ਲੁਧਿਆਣੇ ਦੇ ਵਿੱਚ। ਇੱਥੇ 18 ਤੋਂ ਲੈ ਕੇ 28 ਸਾਲ ਦੇ ਗੱਭਰੂ ਲੜਨਗੇ ਇਸ ਤਾਜ ਵਾਸਤੇ, ਮਿਸਟਰ ਪੰਜਾਬ 2016 ਦੇ ਦੇਣਗੇ ਇੱਥੇ ਆਡੀਸ਼ਨ। ਵੈਸੇ ਮਿਸਟਰ ਪੰਜਾਬ ਦਾ ਕਰੇਜ਼ ਹੀ ਕੁਛ ਇਸ ਤਰ੍ਹਾਂ ਦਾ ਕਿ ਹਰ ਗੱਭਰੂ ਸਿਰਫ ਇੱਕੋ ਗੱਲ ਕਹਿੰਦਾ, ਹਰ ਗੱਭਰੂ ਦਾ ਇੱਕੋ ਖੁਆਬ, ਮੈਂ ਬਣਾ ਮਿਸਟਰ ਪੰਜਾਬ। ਕੋ ਪ੍ਰੈਜੈਂਟਡ ਬਾਏ ਕੋਲਗੇਟ ਸੁਪਰਫਲੈਕਸੀ, ਪਾਵਰਡ ਬਾਏ ਪਤੰਜਲੀ ਚਮਨਪ੍ਰਾਸ਼, ਅਤੇ ਐਸੋਸੀਏਟ ਸਪੋਂਸਰ ਹੈ ਜੋਲੀ ਫੈਟ ਗੋ, ਵਾਰਡਰੋਬ ਪਾਰਟਨਰਸ ਪੈਂਟਾਲੂਨ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਗਗਨਦੀਪ ਸਿੰਘ ਹੈ, ਮੈਂ ਪਟਿਆਲੇ ਦਾ ਰਹਿਣ ਵਾਲਾ, ਮੈਂ ਲੁਧਿਆਣੇ ਤੋਂ ਆਇਆ, ਜ਼ਿਲ੍ਹਾ ਸੰਗਰੂਰ ਤੇ ਪਿੰਡ ਸ਼ੇਰਪੁਰ ਤੋਂ ਆਇਆ, ਸਨੌਰ ਪਟਿਆਲੇ ਤੋਂ ਬਿਲੋਂਗ ਕਰਦਾ ਜੀ ਮੈਂ। ਮੈਂ ਨਵਾਂ ਸ਼ਹਿਰ ਤੋਂ ਰਹਿਣ ਵਾਲਾ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਮਿਸਟਰ ਪੰਜਾਬ ਮੈਂ ਹੀ ਬਣਾਂਗਾ। ਕਮਾਲ ਦਾ ਕੋਨਫੀਡੈਂਸ ਦੇਖਣ ਨੂੰ ਮਿਲ ਰਿਹਾ, ਪਰ ਕਿੰਨਾ ਕੁ ਕੋਨਫੀਡੈਂਸ ਹੈ ਇਹ ਹੋਰ ਜ਼ਿਆਦਾ ਪਤਾ ਕਰਨ ਲਈ ਇਹ ਕੰਮ ਕਰਦੇ ਹਾਂ, ਇਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਸੌਰਵ। ਸੌਰਵ, ਤੁਹਾਨੂੰ ਕਿਉਂ ਲੱਗਦਾ ਕਿ ਮਿਸਟਰ ਪੰਜਾਬ ਮੈਂ ਬਣ ਸਕਦਾ? ਜੀ, ਮੈਨੂੰ ਲੱਗਦਾ ਮੇਰੇ 'ਚ ਕੋਨਫੀਡੈਂਸ ਹੈ ਔਰ ਮੇਰੇ 'ਚ ਪਰਸਨੈਲਿਟੀ ਹੈ ਕਿ ਮੈਂ ਮਿਸਟਰ ਪੰਜਾਬ ਬਣ ਸਕਦਾ। ਚਲੋ, ਆਲ ਦਾ ਵੈਰੀ ਬੈਸਟ। ਓਕੇ ਜੀ, ਲਓ ਅੱਗੇ ਚੱਲਦੇ ਹਾਂ। ਆਹ ਕੀ ਹੋ ਰਿਹਾ? ਹੈਲੋ, ਕਿੱਦਾਂ ਵੀਰ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਨਮੀਤ ਸਿੰਘ ਭਾਟੀਆ ਜੀ। ਮਨਮੀਤ, ਆਹ ਕੀ ਹੋ ਰਿਹਾ ਸੀ? ਇਹ ਸਰ ਡਾਂਸ ਦਾ ਕੀੜਾ ਜਿਹਾ ਹੈਗਾ। ਦਿਖਾਓਗੇ ਫਿਰ? ਹਾਂਜੀ ਹਾਂਜੀ। ਚਲੋ ਫਿਰ ਆਓ। ਹਰ ਗੱਭਰੂ ਦਾ ਇੱਕੋ ਖਾਬ, ਮੈਂ ਬਣਾਂਗਾ ਮਿਸਟਰ ਪੰਜਾਬ। ਮੇਰੇ ਅਕੋਰਡਿੰਗ ਮਿਸਟਰ ਪੰਜਾਬ ਦਾ ਗੁੱਡ ਪ੍ਰੈਜੈਂਸ ਆਫ ਮਾਈਂਡ ਵਿਦ ਫਿਟਨੈਸ ਹੋਣੀ ਚਾਹੀਦੀ ਹੈ, ਇੱਕ ਸੋਹਣਾ ਗੱਭਰੂ ਹੋਣਾ ਚਾਹੀਦਾ। ਮੇਰੇ ਵਰਗਾ ਸਮਾਰਟ ਤੇ ਸਭ ਦੀ ਰਿਸਪੈਕਟ ਕਰਨ ਵਾਲਾ ਹੋਣਾ ਚਾਹੀਦਾ ਹੈ। ਉਹਨੂੰ ਆਪਣੇ ਕਲਚਰ ਦੀ, ਆਪਣੇ ਹਿਸਟਰੀ ਦੀ ਬਿਲਕੁਲ ਪੂਰੀ ਤਰੀ ਜਾਣਕਾਰੀ ਹੋਣੀ ਚਾਹੀਦੀ ਹੈ ਜੀ। ਮੇਰੇ ਵਾਂਗੂ ਫਿੱਟ ਵੀ ਹੋਣਾ ਚਾਹੀਦਾ। ਲਓ ਜੀ, ਸਵੇਰ ਤੋਂ ਟੋਰਾ ਸ਼ੋਰਾ ਕੱਢ ਕੇ ਮਲਵਈ ਗੱਭਰੂ ਇੱਥੇ ਵੇਟ ਕਰ ਰਹੇ ਨੇ ਆਡੀਸ਼ਨ ਦੇ ਸ਼ੁਰੂ ਹੋਣ ਦੀ, ਅਤੇ ਇਹਨਾਂ ਦਾ ਕੋਨਫੀਡੈਂਸ, ਐਨਰਜੀ ਅਤੇ ਐਕਸਾਈਟਮੈਂਟ ਦੇਖ ਕੇ ਬਾਈ ਮੈਨੂੰ ਤਾਂ ਲੱਗਦਾ ਅੱਜ ਕਮਾਲ ਕਰਨਗੇ, ਅਤੇ ਇਹਨਾਂ ਦਾ ਇੱਕ ਕਮਾਲ ਦਾ ਟੈਲੈਂਟ ਜੱਜ ਕਰਨਗੇ ਸਾਡੇ ਰਿਸਪੈਕਟਡ ਜੱਜਸ। ਤੁਹਾਡਾ ਸ਼ਹਿਰ ਇਹ ਤੇ ਮੈਂ ਦੇਖ ਰਿਹਾ, ਮੁੰਡਿਆਂ 'ਚ ਕਾਫੀ ਉਤਸ਼ਾਹ ਹੈ, ਕਿਉਂ ਵੀ ਮੁੰਡੇ ਹੈ ਕਿ ਨਹੀਂ? ਨਹੀਂ ਨਹੀਂ, ਕਾਫੀ ਹੈ ਜੀ। ਆਪਣੀ ਆਪਣੀ ਪੰਜਾਬ ਦੀ ਧਰਤੀ ਹੈ ਹੀ ਹੈ ਇਸ ਤਰ੍ਹਾਂ ਦੀ, ਤੇ ਮੈਨੂੰ ਕੁਛ ਲਾਈਨਾਂ ਵੀ ਯਾਦ ਆ ਰਹੀਆਂ ਤੇ ਮੈਂ ਸ਼ੇਅਰ ਕਰਨਾ ਚਾਹਾਂਗਾ ਕਿ ਓਏ ਧਰਤੀ ਮੇਰੀ ਰੰਗਲੀ, ਇਹ ਰੰਗਲਾ ਦੇਸ਼ ਪੰਜਾਬ, ਇੱਥੇ ਹੁਸਨ ਲਾਈਆਂ ਛਾਬਰਾਂ, ਓਏ ਇੱਥੇ ਹੁਸਨ ਲਾਈਆਂ ਛਾਬਰਾਂ, ਜਿਵੇਂ ਖਿੜਿਆ ਫੁੱਲ ਗੁਲਾਬ, ਖੇਤਾਂ ਵਿੱਚ ਚਰੀਆਂ ਬਾਜਰੇ, ਖੜੇ ਹੁਲਾਰੇ ਖਾਣ, ਹੋ ਮੇਰੇ ਸੋਹਣੇ ਦੇਸ਼ ਪੰਜਾਬ ਤੋਂ।
ओ मैं सोने देश पंजाब तो मैं हो जावा कुर्बान हानिया हो जावा कुर्बान बेलिया हो जावा कुर्बान बस मेरे ख्याल नाल ये लेना ने सब कुछ दसता मुंडिया नू बिल्कुल ठीक है हां बट आज कोई स्ट्रिक्टनेस थोड़ी बधान वाले हो के ओ तानू गरेवाल साहब दस बहुत उम्मीदा नहीं साडा अपना शहर आ बिल्कुल तो बाकी देखदे आ मुंडे चंगे लग रहे आ बाकी हुण अगे जाके बाकी क्योंकि कई बारी सोहणे ਚੱਚਦੇ ਹੁੰਦੇ ਆ ਮੁੰਡੇ ਬਿਲਕੁਲ ਤੇ ਅੰਦਰ ਕਿੰਨੇ ਭਰੇ ਹੋਏ ਆ ਇਹ ਹੁਣ ਦੇਖਾਂਗੇ ਬਿਲਕੁਲ ਭਾਜੀ ਤਰਨ ਭਾਜੀ ਯਾਰ ਮੈਂ ਇੱਕੋ ਗੱਲ ਕਹਾਂਗਾ ਕਿ ਜੋ ਮੋਨੋਪੋਲੀ ਚੱਲੀ ਆ ਰਹੀ ਹੈ ਜਲੰਧਰ ਸ਼ਹਿਰ ਦੀ ਮਿਸਟਰ ਪੰਜਾਬ ਦੇ ਉੱਤੇ ਹਾਂਜੀ ਉਹ ਮੈਨੂੰ ਉਮੀਦ ਹੈਗੀ ਕਿ ਲੁਧਿਆਣਾ ਸ਼ਹਿਰ ਤੋਂ ਇਸ ਸਾਲ ਕੋਈ ਮੁੰਡਾ ਉਸ ਮੋਨੋਪੋਲੀ ਨੂੰ ਜ਼ਰੂਰ ਤੋੜੇਗਾ ਔਰ ਇਸ ਸਾਲ ਦਾ ਜਿਹੜਾ ਮਿਸਟਰ ਪੰਜਾਬ ਹੋਏਗਾ 2016 ਦਾ ਉਹ ਸ਼ਾਇਦ ਲੁਧਿਆਣਾ ਸ਼ਹਿਰ ਦਾ ਮੁੰਡਾ ਵੈਰੀ ਨਾਈਸ ਲੇਕਿਨ ਹਲੇ ਚੰਡੀਗੜ੍ਹ ਬਾਕੀ ਹੈ ਬਿਲਕੁਲ ਲੁਧਿਆਣਾ ਵਾਲਿਆਂ ਨੂੰ ਇਹ ਯਾਦ ਰੱਖਣਾ ਪਏਗਾ ਕਿ ਇਹ ਹਲੇ ਜੰਗ ਦੀ ਸ਼ੁਰੂਆਤ ਹੈ ਬਿਲਕੁਲ ਲੇਕਿਨ ਮੇਰੀ ਨਜ਼ਰ ਐਤ ਕਿ ਲੁਧਿਆਣਾ ਤੇ ਸਪੈਸ਼ਲ ਹੈਗੀ ਹੈ ਲਓ ਜੀ ਮੁੰਡਿਓ ਸੁਣ ਲਿਆ ਫਿਰ ਚਲੋ ਠੀਕ ਹੈ ਜੀ ਤੁਸੀਂ ਸੰਭਾਲੋ ਆਪਣੀ ਕੁਰਸੀਆਂ ਤੇ ਮੁੰਡੇ ਵੀ ਤਿਆਰ ਨੇ ਆਡੀਸ਼ਨ ਦੇਣ ਲਈ ਤੇ ਕੱਢੋ ਜੀ ਮੁੰਡੇ ਮੇਗਾ ਆਡੀਸ਼ਨ ਵਾਸਤੇ ਪਲੀਜ਼ ਲਓ ਜੀ ਲਓ ਜੀ ਜੱਜਿਸ ਦੇ ਨਾਲ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਹੋ ਗਈਆਂ ਤੇ ਹੁਣ ਵੇਲਾ ਹੋ ਗਿਆ ਆਡੀਸ਼ਨ ਨੂੰ ਸ਼ੁਰੂ ਕਰਨ ਦਾ ਆਡੀਸ਼ਨਸ ਆਪਾਂ ਪਰ ਮਿੱਠੇ ਤਰੀਕੇ ਨਾਲ ਸ਼ੁਰੂ ਨਹੀਂ ਕਰਾਂਗੇ ਥੋੜ੍ਹੇ ਜਿਹੇ ਕੌੜੇ ਤਰੀਕੇ ਨਾਲ ਸ਼ੁਰੂ ਕਰਾਂਗੇ ਅਰੇ ਕਨਫਿਊਜ਼ ਨਾ ਹੋ ਯਾਰ ਕੌੜੇ ਤਰੀਕੇ ਦਾ ਮਤਲਬ ਹੈ ਕਿ ਇਹਨਾਂ ਗੱਭਰੂਆਂ ਵਾਸਤੇ ਮੇਰੇ ਕੋਲ ਇੱਕ ਟਾਸਕ ਆ ਟਾਸਕ ਕੀ ਉਹ ਤਾਂ ਮੈਂ ਤੁਹਾਨੂੰ ਦੱਸਦਾ ਪਰ ਟਾਸਕ ਦਾ ਰਿਜ਼ਲਟ ਇਹ ਹੈ ਕਿ ਜਿਹੜਾ ਵੀ ਗੱਭਰੂ ਇਸ ਟਾਸਕ ਨੂੰ ਕੰਪਲੀਟ ਕਰੂਗਾ ਸਭ ਤੋਂ ਪਹਿਲਾਂ ਉਹ ਸਿੱਧਾ ਜੱਜ ਦੇ ਸਾਹਮਣੇ ਜਾ ਕੇ ਪਰਫਾਰਮ ਕਰੇਗਾ ਡਾਇਰੈਕਟ ਮਤਲਬ ਕਿ ਕੋਈ ਪ੍ਰੀ ਆਡੀਸ਼ਨਸ ਨਹੀਂ ਕੁਛ ਨਹੀਂ ਡਾਇਰੈਕਟ ਐਂਟਰੀ ਜੱਜਸ ਦੇ ਸਾਹਮਣੇ ਬੇਸ਼ਰਤੇ ਸਾਡੇ ਰਜਿਸਟ੍ਰੇਸ਼ਨ ਫਾਰਮਸ ਦੇ ਉੱਤੇ ਉਹਦੀ ਐਲੀਜੀਬਿਲਟੀ ਪੂਰੀ ਹੋਣੀ ਚਾਹੀਦੀ ਹੈ ਹਾਂਜੀ ਮੁੰਡਿਓ ਤਿਆਰ ਹੋ ਹਾਂਜੀ ਲਓ ਜੀ ਫਿਰ ਮੈਂ ਟਾਸਕ ਦੱਸਣਾ ਤੁਹਾਨੂੰ ਟਾਸਕ ਇਹ ਹੈ ਕਿ ਹੈਗੀ ਜੀ ਮਿਰਚ ਐਂ ਠੀਕ ਹੈ ਜੀ ਇਹ ਮਿਰਚ ਜਿਹੜੀ ਹੈ ਇਹ ਤੁਸੀਂ ਮਿਰਚਾਂ ਖਾਣੀਆਂ ਨੇ ਇੱਥੇ 30 ਸੈਕਿੰਡ ਦੇ ਵਿੱਚ ਔਰ ਮਿਰਚ ਦਾ ਜਿਹੜਾ ਪਿਛਲਾ ਹਿੱਸਾ ਆਹ ਵਾਲਾ ਡੰਡੀ ਇਹ ਤੁਸੀਂ ਸੰਭਾਲ ਕੇ ਰੱਖਣੀ ਹੈ ਆਪਣੇ ਨਾਲ ਸੋ ਜਿਹੜਾ ਗੱਭਰੂ 30 ਸੈਕਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਮਿਰਚਾਂ ਖਾਏਗਾ ਉਹਨੂੰ ਡਾਇਰੈਕਟ ਐਂਟਰੀ ਮਿਲੇਗੀ ਜੱਜਿਸ ਦੇ ਸਾਹਮਣੇ ਤਿਆਰ ਹੋ ਲਓ ਜੀ ਫਿਰ ਸ਼ੁਰੂ ਕਰਦੇ ਹਾਂ ਅਤੇ ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਐਂਡ ਸਟਾਰਟ ਸ਼ਾਬਾਸ਼ 15 ਸੈਕਿੰਡ ਰਹਿ ਗਏ 5 ਸੈਕਿੰਡ ਰਹਿ ਗਏ 5 ਸੈਕਿੰਡ 10 2 1 ਸਟਾਪ 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 ਰੁਕੋ 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 ਹਾਂਜੀ ਗਿਣੀਏ ਫਿਰ ਲਿਆਓ ਫਿਰ ਤੁਸੀਂ ਪਹਿਲਾਂ ਦਿਖਾਓ ਜੀ 1 2 3 4 5 6 7 7 ਮਿਰਚਾਂ ਖਾਧੀਆਂ ਨੇ ਵੈਰੀ ਗੁੱਡ ਯਾਰ ਕਮ ਔਨ ਐਪਰੀਸ਼ੀਏਟ ਹਿਮ ਲਿਆਓ ਜੀ 1 2 3 4 5 6 7 8 9 ਵੈਰੀ ਗੁੱਡ ਕੀ ਬਾਤ ਹੈ ਲਓ ਜੀ 2 3 4 5 6 7 8 9 10 ਲਿਆਓ ਜੀ 2 3 4 5 6 7 8 9 ਮੁਬਾਰਕਾਂ ਵੀਰੇ ਕੀ ਬਾਤ ਹੈ ਕੀ ਨਾਂ ਹੈ ਤੁਹਾਡਾ ਪ੍ਰਭਜੋਤ ਸਿੰਘ ਜੀ ਪ੍ਰਭਜੋਤ ਜੀ ਲੁਧਿਆਣੇ ਤੋਂ ਹੀ ਹੋ ਹਾਂਜੀ ਸਰ ਤਿਆਰ ਹੋ ਜੱਜ ਦੇ ਸਾਹਮਣੇ ਸਿੱਧਾ ਜਾਣ ਵਾਸਤੇ ਹਾਂਜੀ ਹਾਂਜੀ ਬਿਲਕੁਲ ਤਿਆਰ ਹੈ ਬਿਲਕੁਲ ਸਟ੍ਰੇਟ ਰਾਈਟ ਆਓ ਫਿਰ ਚਲੋ ਤੁਹਾਨੂੰ ਲੈ ਕੇ ਚੱਲੀਏ ਪਲੀਜ਼ ਲਓ ਭਾਅ ਜੀ ਬਾਹਰ ਜਲਵਾ ਵਧੀਆ ਸੀ ਲੁਧਿਆਣਾ ਜੀ ਲੁਧਿਆਣਾ ਦਾ ਮੁੰਡਾ ਬੋਲਿਆ ਗਗਨਦੀਪ ਮੈਂ ਗਗਨ ਮਾਂਗਟ ਸਰ ਬੜਾ ਮਾਣ ਮਹਿਸੂਸ ਕਰ ਰਿਹਾ ਵਾਂ ਤੁਹਾਡੇ ਵਰਗੀਆਂ ਉੱਘੀਆਂ ਸ਼ਖਸ਼ੀਸ਼ਾਂ ਦੇ ਸਾਹਮਣੇ ਮੈਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਰਿਹਾ ਹਾਂ ਮੈਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਪਿੰਡ ਰਾਮਪੁਰ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹਾਂ ਹੋਪਫੁਲੀ ਵਾਹਿਗੁਰੂ ਮਿਹਰ ਕਰੇ ਤਾਂ ਮੈਂ ਹੀ ਬਣ ਕੇ ਜਾਵਾਂਗਾ ਮਿਸਟਰ ਪੰਜਾਬ ਲੰਬੀ ਸਾਹ ਲੈ ਲੈ ਐਡਾ ਮੁਸ਼ਕਲ ਤੂੰ ਯਾਦ ਕੀਤਾ ਹੋਣਾ ਨਹੀਂ ਵਾਹਿਗੁਰੂ ਦੀ ਮਿਹਰ ਨਾਲ ਯਾਦ ਨਹੀਂ ਸੀ ਕੀਤਾ ਸਰ ਕੀ ਕੰਮ ਕਰਦੇ ਤੁਸੀਂ ਮੈਂ ਕੰਪਨੀ ਦੇ ਵਿੱਚ ਜੌਬ ਕਰਦਾ ਕਾਰ ਕੰਪਨੀ ਦੇ ਵਿੱਚ ਉੱਥੇ ਮਾਰਕੀਟਿੰਗ ਲੈਵਲ ਦਾ ਸਾਡਾ ਕੰਮ ਹੈਗਾ ਆ ਕਿੱਦਾਂ ਕਿਸੇ ਦੀ ਜੇਬ ਦੇ ਵਿੱਚੋਂ ਪੈਸੇ ਕਢਾਣੇ ਆ ਬੜਾ ਤਰੀਕੇ ਨਾਲ ਜਾਂਦੇ ਹੁਣ ਜੇ ਤੁਸੀਂ ਕੁਝ ਕਹੋ ਤਾਂ ਆਪਾਂ ਤੇਰਾ ਜਿਹੜਾ ਪਿੰਡ ਹੈਗਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਹੈਗਾ ਜੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਦੱਸ ਕੀ ਜਾਣਨਾ ਤੂੰ ਸਰ ਗੁਰੂ ਗੋਬਿੰਦ ਸਿੰਘ ਜੀ ਉਹ ਸ਼ਖਸੀਅਤ ਨੇ ਪੰਜਾਬ ਦੇ ਜਾਂ ਆਪਣੇ ਇਤਿਹਾਸ ਦੇ ਵਿੱਚ ਜਿਨ੍ਹਾਂ ਦਾ ਵਰਗਾ ਕੋਈ ਨਹੀਂ ਬਣ ਸਕਿਆ ਜਿਨ੍ਹਾਂ ਨੇ ਚਾਰ ਪੁੱਤਰ ਵਾਰੇ ਆਪਣੇ ਮਾਤਾ ਵਾਰੀ ਆਪਣੇ ਵਾਈਫ ਨਾਂ ਵੀ ਲੈਣਾ ਨਾਲ ਨਾਲ ਚਾਰ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਫਤਿਹ ਸਿੰਘ ਜੀ ਇਹ ਚਾਰ ਸਾਹਿਬਜ਼ਾਦੇ ਦੋ ਸਾਹਿਬਜ਼ਾਦੇ ਆਪਣੇ ਫਤਿਹਗੜ੍ਹ ਸਾਹਿਬ ਦੋ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਗੜੀ ਜੀ ਸ਼ਹੀਦ ਹੋਏ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਵਰਗਾ ਕੋਈ ਇਨਸਾਨ ਨਹੀਂ ਬਣ ਸਕਦਾ ਹੈਗਾ ਅਸੀਂ ਚਰਨ ਛੋਹ ਪ੍ਰਾਪਤ ਹੈਗੇ ਉਹਨਾਂ ਦੇ ਸਾਡੇ ਆਏ ਹੋ ਇੰਨਾ ਹੀ ਸਾਡੇ ਲਈ ਬਹੁਤ ਵੱਡਾ ਭਾਗਾ ਹੈਗਾ ਥੋੜ੍ਹੀ ਜਿਹੀ ਮਿਸਟਰ ਪੰਜਾਬ ਦੀ ਮਾਰਕੀਟਿੰਗ ਕਰ
लो जी तुसीं पहुँच चुके हो सारे जाने मिस्टर पंजाब दे ऑडिशन दे विच बहुत वधिया मौका दिता है पी टी सी पंजाबी ने साडे वर्गे नौजवानां नूं जो सिर्फ एक अपने कमरे दे विच बंद हो गए जां बाथरूम दे टाइम ही नचदे हैगे आ उह बाहर आके भी एक्सप्रैस कर रहे ने अपने आप नूं तां उस टाइम दे मैं समझदा आं तुसीं सारे ही इस अपने मौके नूं भनाउण दी कोशिश करो ते चक्क दे उठ आ जा बहुत अच्छा वाहिगुरू जी वेरी गुड गगन हाँ जी शरणजीत सत श्री अकाल जी मेरा नाम शरणजीत सिंह मैं स्पोर्ट्स दे विच कबड्डी नैशनल लैवल तक सिल्वर एंड गोल्ड मैडल जीत चुके हैं मेरे पेरेंट्स कहिंदे आ कि मैं स्टडी भी करां ते स्पोर्ट्स दे विच ज़्यादा ध्यान देवां मैं मिस्टर पंजाब दे ऑडिशन च इसलिए जा रहा ताकि मैं अपने मम्मी डैडी का नाम रोशन कर सकां ते अपने पंजाब नूं रीप्रजेंट कर सकां की गल है शरणजीत शूज़ नहीं पाए सर मेरे लिए बहुत बड़ा मंच है जी एक रिस्पैक्ट हाँ जी रिस्पैक्ट कितों आए हो सर ਮਾਛੀਵਾੜਾ ਸਾਹਿਬ ਕੋਲ ਮੇਰਾ ਛੋਟਾ ਜਿਹਾ ਪਿੰਡ ਹੈ ਜੀ ਭੁਮਾ ਕਲਾਂ ਮਾਛੀਵਾੜਾ ਸਾਹਿਬ ਬਾਰੇ ਦੱਸ ਯਾਰ ਸਾਨੂੰ ਕੁਛ ਸਰ ਮਾਛੀਵਾੜੇ ਸਾਹਿਬ ਬਾਰੇ ਚੰਨ ਕਮਲ ਸਾਹਿਬ ਇੱਕ ਗੁਰਦੁਆਰਾ ਹੈ ਜੀ ਉੱਥੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਆ ਰਹੇ ਸੀ ਤਾਂ ਉਹਨਾਂ ਨੇ ਇੱਕ ਦਰਖਤ ਦੇ ਥੱਲੇ ਉੱਥੇ ਸੋਏ ਸੁੱਤੇ ਸੀਗੇ ਸਰ ਉਹ ਪੇੜ ਅੱਜ ਵੀ ਉੱਥੇ ਹੈਗਾ ਤੂੰ ਬੋਲਦਾ ਯਾਰ ਬੜਾ ਡਰ ਡਰ ਕੇ ਜੇ ਹੈ ਨਾ ਅੱਜ ਕੱਲ੍ਹ ਕੀ ਕਰਦਾ ਹੁਣ ਸਰ ਗ੍ਰੈਜੂਏਸ਼ਨ ਦਾ ਫਾਈਨਲ ਹੀ ਰਿਹਾ ਸਰ ਅਤੇ ਸਭ ਤੋਂ ਵਧੀਆ ਚੀਜ਼ ਤੈਨੂੰ ਆਪਣੇ ਆਪ 'ਚ ਕੀ ਲੱਗਦੀ ਹੈ ਤੈਨੂੰ ਤੇਰੀ ਪਰਸਨੈਲਿਟੀ 'ਚ ਸਰ ਇੱਕ ਤਾਂ ਮੈਂ ਭੰਗੜੇ ਦਾ ਕੈਪਟਨ ਹੈ ਜੀ ਅੱਛਾ ਤੂੰ ਕਰਕੇ ਦਿਖਾ ਫਿਰ ਕੁਛ ਹੁਣ ਦੋਸਤੋ ਲੁਧਿਆਣੇ ਦੇ ਗੱਭਰੂਆਂ ਨੇ ਆਡੀਸ਼ਨ ਹਾਲ ਦੇ ਅੰਦਰ ਅਤੇ ਆਡੀਸ਼ਨ ਹਾਲ ਦੇ ਬਾਹਰ ਰੌਣਕਾਂ ਹੀ ਲਾਈਆਂ ਹੋਈਆਂ ਨੇ ਜੀ ਇਹਨਾਂ ਦੀ ਰੌਣਕਾਂ ਇੱਦਾਂ ਹੀ ਚੱਲਦੀਆਂ ਰਹਿਣਗੀਆਂ ਫਿਲਹਾਲ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵਿੱਕੀ ਕੀ ਹਾਲ ਚਾਲ ਹੈ ਉਹ ਬਹੁਤ ਵਧੀਆ ਵੀਰ ਬਹੁਤ ਵਧੀਆ ਜਦਾ ਯਾਰ ਸਿਮ ਲਿੱਤਾ ਹੈ ਨਾ ਯਾਰ ਮਜ਼ਾ ਆ ਜਾਂਦਾ ਫੋਨ 'ਤੇ ਗੱਲ ਕਰਕੇ ਸਹੇਲੀ ਨਾਲ ਸਹੇਲੀ ਕਹਿੰਦੀ ਸੀ ਆਪ ਮੇਰੇ ਸੇ ਬਾਤ ਨਹੀਂ ਕਰਤੇ ਆਪ ਕੰਜੂਸ ਹੋ ਆਪ ਰੀਚਾਰਜ ਨਹੀਂ ਕਰਵਾ ਦਿੱਤਾ ਆਪਸੇ ਹੁਣ ਉਹੀ ਸਹੇਲੀ ਰਾਤ ਨੂੰ ਸੌਣ ਹੀ ਨਹੀਂ ਦੇਈਦੀ ਬਾਈ ਕਹਿੰਦੀ ਆ ਫੋਨ ਕਿਉਂ ਨਹੀਂ ਕੱਟਦੇ ਮੈਂ ਕਹਿੰਦਾ ਤੂੰ ਸੋ ਜਾ ਫੋਨ ਨਾ ਕੱਟੀ ਫੋਨ ਦੇ ਤਾਂ ਹੁਣ ਨਜ਼ਾਰੇ ਹੀ ਨੇ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪੰਜਾਬੀ ਗੱਭਰੂਆਂ ਦੇ ਇਸ ਮਹਾਂ ਮੁਕਾਬਲੇ ਵਿੱਚ ਜਿਸਦਾ ਨਾਮ ਹੈ ਮਿਸਟਰ ਪੰਜਾਬ 2016 ਕੋ ਪ੍ਰੈਜੈਂਟਡ ਬਾਏ ਕੋਲਗੇਟ ਸੁਪਰਫਲੈਕਸੀ ਪਾਵਰਡ ਬਾਏ ਪਤੰਜਲੀ ਚਵਨਪ੍ਰਾਸ਼ ਐਸੋਸੀਏਟ ਸਪੋਂਸਰ ਹੈ ਜੌਲੀ ਫੈਟ ਗੋ ਐਂਡ ਵਾਰਡਰੋਬ ਪਾਰਟਨਰਸ ਪੈਂਟਲੂਨ ਦੋਸਤੋ ਚੱਲ ਰਹੇ ਨੇ ਆਡੀਸ਼ਨ ਸ਼ਹਿਰ ਲੁਧਿਆਣੇ ਦੇ ਅਤੇ ਮੁੰਡੇ ਪੂਰੇ ਜੋਸ਼ ਅਤੇ ਜਨੂੰਨ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਆਪਣਾ ਟੈਲੈਂਟ ਦਿਖਾਉਣ ਵੈਸੇ ਤਾਂ ਲੁਧਿਆਣੇ ਨੂੰ ਕਲਾਕਾਰਾਂ ਦਾ ਹੱਬ ਕਿਹਾ ਜਾਂਦਾ ਹੈ ਪਰ ਇੱਥੇ ਆਡੀਸ਼ਨ ਚੱਲ ਰਹੇ ਨੇ ਮਿਸਟਰ ਪੰਜਾਬ ਦੇ ਅਤੇ ਮੈਂ ਸੋਚਿਆ ਕਿਉਂ ਨਾ ਇਹਨਾਂ ਦਾ ਟੈਲੈਂਟ ਥੋੜ੍ਹੇ ਵੱਖਰੇ ਤਰੀਕੇ ਨਾਲ ਬਾਹਰ ਵੀ ਚੈੱਕ ਕੀਤਾ ਜਾਏ ਇਸ ਤੋਂ ਪਹਿਲਾਂ ਕਿ ਜੱਜ ਦੇ ਸਾਹਮਣੇ ਜਾਣ ਸੋ ਇਹਨਾਂ ਵਾਸਤੇ ਮੈਂ ਇੱਕ ਗੇਮ ਲੈ ਕੇ ਆਇਆ ਜਿਹਦਾ ਨਾਮ ਹੈ ਜੀ ਡਾਂਸਿੰਗ ਸਟੈਚੂ ਡਾਂਸਿੰਗ ਸਟੈਚੂ ਸੁਣਨ 'ਚ ਥੋੜ੍ਹਾ ਵੱਖਰਾ ਲੱਗ ਰਿਹਾ ਮੈਂ ਦੱਸਣਾ ਜੀ ਆਹ ਜਿਹੜੇ ਗੱਭਰੂ ਇੱਥੇ ਖੜ੍ਹੇ ਨੇ ਇਹ ਡਾਂਸ ਕਰਨਗੇ ਅਤੇ ਮਿਊਜ਼ਿਕ ਮੈਂ ਉੱਥੋਂ ਲਾਵਾਂਗਾ ਜਦੋਂ ਵੀ ਮਿਊਜ਼ਿਕ ਰੁਕਿਆ ਉਸੀ ਸਪੋਟ ਦੇ ਉੱਤੇ ਇਹਨਾਂ ਨੂੰ ਸਟੈਚੂ ਬਣਨਾ ਸੋ ਜਿਹੜਾ ਗੱਭਰੂ ਹਿੱਲੇਗਾ ਉਹ ਗੇਮ ਤੋਂ ਬਾਹਰ ਔਰ ਜਿਹੜਾ ਰਹਿ ਜਾਏਗਾ ਇਹ ਵਿਲ ਬੀ ਦਾ ਵਿਨਰ ਯਾਰ ਹਾਂਜੀ ਤਿਆਰ ਹੋ ਫਿਰ ਮੁੰਡਿਓ ਸ਼ੁਰੂ ਕਰੀਏ ਦੇਖੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਾਂਸ ਕਰ ਸਕਦੇ ਹੋ ਭੰਗੜਾ ਕੰਟੈਂਪਰੇਰੀ ਹਿਪ ਹੋਪ ਜੋ ਮਰਜ਼ੀ ਚਾਹੀਦਾ ਮਤਲਬ ਕਰਦੇ ਬਸ ਉੱਥੇ ਖੜ ਜਾਣਾ ਜਦੋਂ ਸਟੈਚੂ ਕਹਿਣਾ ਜਿੱਦਾਂ ਹੀ ਮਿਊਜ਼ਿਕ ਰੁਕਿਆ ਓਕੇ ਓਕੇ ਸਰ ਲਓ ਜੀ ਲਓ ਫਿਰ ਗਾਣਾ ਆਹਾ ਮੇਰਾ ਵੀਰ ਤੂੰ ਹਿੱਲ ਗਿਆ ਯਾਰ ਬਾਕੀ ਤਾਂ ਸਟੈਚੂ ਉੱਥੇ ਹੀ ਰਹਿ ਗਏ ਕੀ ਨਾਂ ਤੇਰਾ ਯੋਗੇਸ਼ ਭਾਜੀ ਯੋਗੇਸ਼ ਵੀਰੇ ਥੋੜ੍ਹਾ ਜਿਹਾ ਆ ਜਾਓ ਬਾਹਰ ਨੂੰ ਹੈ ਲਓ ਜੀ ਮਿਊਜ਼ਿਕ ਫਿਰ ਦੁਬਾਰਾ ਪਲੇ ਕਰੋ ਯਾਰ ਇਹ ਨਹੀਂ ਹਿਲਦੇ ਮੈਂ ਹਿੱਲ ਗਿਆ ਸੋ ਇੱਕ ਕੰਮ ਕਰਦੇ ਹਾਂ ਇਹ ਤਾਂ ਟੈਲੈਂਟ ਪੂਰਾ ਦਿਖਾ ਰਹੇ ਨੇ ਮੁੰਡੇ ਰਿਲੈਕਸ ਹੋ ਜਾਓ ਕੋਈ ਚੱਕਰ ਨਹੀਂ ਪੂਰਾ ਟੈਲੈਂਟ ਇੱਥੇ ਮੈਨੂੰ ਦੇਖਣ ਨੂੰ ਮਿਲ ਰਿਹਾ ਆਮ ਸ਼ੋਰ ਜੱਜਿਸ ਦੇ ਸਾਹਮਣੇ ਜਾ ਕੇ ਵੀ ਇਹਨਾਂ ਨੇ ਪੂਰਾ ਆਪਣਾ ਟੈਲੈਂਟ ਦਿਖਾਉਣਾ ਔਰ ਅੱਗੇ ਜਾਣਾ ਹੀ ਜਾਣਾ ਮੁੰਡੇ ਜਾਓਗੇ ਅੱਗੇ ਕਿਆ ਬਾਤ ਹੈ ਇੱਕ ਕੰਮ ਕਰਦੇ ਹਾਂ ਆਪਾਂ ਅੰਦਰ ਚੱਲਦੇ ਹਾਂ ਅਤੇ ਦੇਖਦੇ ਹਾਂ ਜੱਜਿਸ ਇਹਨਾਂ ਦਾ ਟੈਲੈਂਟ ਕਿਵੇਂ ਚੈੱਕ ਕਰ ਰਹੇ ਨੇ ਆਓ ਫਿਰ ਜਸਲੀਨ ਪੱਲਾ ਆਓ ਜੀ ਅੱਗੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਲੀਨ ਸਿੰਘ ਪੱਲਾ ਮੈਂ ਲੁਧਿਆਣੇ ਸ਼ਹਿਰ ਦਾ ਰਹਿਣ ਵਾਲਾ ਹਾਂ ਆਮ ਅ ਵੈਰੀ ਬਿਗ ਜਿਮ ਲਵਰ
ਮੇਰਾ ਲੁਧਿਆਣੇ ਸ਼ਹਿਰ ਵਿੱਚ ਰੈਸਟੋਰੈਂਟ ਹੈ, ਮੈਂ ਉੱਥੇ ਵੀ ਟਾਈਮ ਦਿੰਦਾ ਹਾਂ। ਸੋ ਮੈਂ ਸਾਰਾ ਦਿਨ ਘਰ ਐਕਟਿੰਗ ਕਰਦਾ, ਆਪਣੇ ਆਪ ਨੂੰ ਪ੍ਰਿਪੇਅਰ ਕਰਦਾ ਕਿ ਕਿਸੇ ਲੈਵਲ 'ਤੇ ਮੈਂ ਪਹੁੰਚ ਸਕਾਂ ਅੱਗੇ, ਅਤੇ ਕਿਸੇ ਪਾਸਿਓਂ ਕਮੀ ਪੇਸ਼ੀ ਨਾ ਰਹੇ। ਸਲੀਨ, ਤੇਰਾ ਨਾਂ ਯਾਰ ਬੜਾ ਸੌਫਟ ਜਿਹਾ, ਮੈਨੂੰ ਲੱਗਦਾ ਕੋਈ ਸੌਫਟ ਜਿਹਾ ਮੁੰਡਾ ਹੈਗਾ। ਜੋ ਘਰਦਿਆਂ ਨੂੰ ਚੰਗਾ ਲੱਗਿਆ ਜੀ, ਉਹਨਾਂ ਨੇ ਰੱਖਤਾ ਜੀ। ਚੱਕੋ ਹੀ ਨਹੀਂ, ਨਹੀਂ ਬਸ ਤੇਰੀ ਪ੍ਰਸਾਦ ਵਰਗਾ ਰੱਖੋ, ਮੰਨ ਕੇ ਆਪਣੇ ਕੋਲ ਖੁਸ਼ ਰਹੋ। ਬਿਲਕੁਲ। ਕੀ ਕਰਦੇ ਬੱਚੇ? ਸਰ ਐਕਟਿੰਗ ਮਾਡਲਿੰਗ ਕਰਦਾ ਜੀ। ਐਕਟਿੰਗ ਔਰ ਮਾਡਲਿੰਗ ਦੋਵੇਂ ਕਰਦੇ ਹੋ? ਜੀ ਸਰ। ਯਾਰ ਸਾਡੇ ਵਾਸਤੇ ਕੁਛ ਰਹਿਣ ਦੀ ਤੁਸੀਂ ਤੇ ਸਰ ਤੁਹਾਡੇ ਤੇ ਸਿੱਖੇ ਆ ਸਾਰਾ ਕੁਝ ਜੀ। ਬਸ ਸਾਡੇ ਸਿੱਖੇ ਸਾਨੂੰ ਕਰਦੇ। ਜਿਮਿੰਗ? ਹਾਂਜੀ ਸਰ। ਐਕਸਰਸਾਈਜ਼? ਸਰ ਇਹ ਚੱਲਦੇ ਜੀ, ਜਿਮਿੰਗ ਆਪਣੀ ਹੌਬੀ ਹੈ ਜੀ। ਅੱਛਾ ਜੀ ਸਰ। ਸਰ ਐਕਚੁਅਲੀ ਮੈਂ ਪੰਜਾਬੀ ਟ੍ਰੋਲ ਕਰਦਾ ਜੀ, ਜਿਹੜੇ ਫੇਸਬੁੱਕ ਤੁਸੀਂ ਦੇਖਦੇ ਹੋ ਵੀਡੀਓਜ਼। ਟ੍ਰੋਲ ਕਰ, ਥੋੜ੍ਹਾ ਜਿਹਾ ਇਹਦੇ ਬਾਰੇ ਦੱਸ, ਹੋਰ ਕੀ ਕਰਦਾ? ਸ਼ੋਰ ਸਰ, ਜਿੱਦਾਂ ਇੱਕ ਮੁੰਡਾ ਸਿਮ ਲੈਂਦਾ ਜੀ, ਕਾਲਿੰਗ ਉਹਦੀ ਫ੍ਰੀ ਹੁੰਦੀ ਹੈ ਬਿਲਕੁਲ। ਸੋ ਇੰਨਾ ਜ਼ਿਆਦਾ ਐਕਸਾਈਟਡ ਹੁੰਦਾ ਆਪਣੀ ਫਰੈਂਡ ਨਾਲ ਜਿੱਦਾਂ ਗੱਲ ਕਰਦਾ, ਉਹ ਦੱਸੂਗਾ ਜੀ। ਤੇਰਾ ਫਨੀ ਐਕਟ ਹੈ? ਹਾਂਜੀ। ਹੈਲੋ ਵਿੱਕੀ, ਕੀ ਹਾਲ ਚਾਲ ਹੈ? ਉਹ ਬਹੁਤ ਵਧੀਆ ਵੀਰ, ਬਹੁਤ ਵਧੀਆ। ਜਦਾਂ ਯਾਰ ਸਿਮ ਲਿੱਤਾ ਹੈ ਨਾ ਯਾਰ, ਮਜ਼ਾ ਆ ਜਾਂਦਾ ਫੋਨ 'ਤੇ ਗੱਲ ਕਰਕੇ ਸਹੇਲੀ ਨਾਲ। ਸਹੇਲੀ ਕਹਿੰਦੀ ਸੀ ਆਪ ਮੇਰੇ ਸੇ ਬਾਤ ਨਹੀਂ ਕਰਤੇ, ਆਪ ਕੰਜੂਸ ਹੋ, ਆਪ ਰੀਚਾਰਜ ਨਹੀਂ ਕਰਵਾ ਦਿੱਤਾ ਆਪਸੇ। ਹੁਣ ਉਹੀ ਸਹੇਲੀ ਰਾਤ ਨੂੰ ਸੋਨ ਹੀ ਨਹੀਂ ਦੇਈਦੀ ਬਾਈ, ਕਹਿੰਦੀ ਆਹ ਫੋਨ ਕਿਉਂ ਨਹੀਂ ਕੱਟਦੇ? ਮੈਂ ਕਹਿੰਦਾ ਤੂੰ ਸੋ ਜਾ, ਫੋਨ ਨਾ ਕੱਟੀ, ਫੋਨ 'ਤੇ ਤਾਂ ਹੁਣ ਨਜ਼ਾਰੇ ਹੀ ਨੇ। ਫੋਨ ਨਾ ਕੱਟੀ, ਤੂੰ ਸੌਂ ਜਾ। ਪਗੜਾ ਵੀ ਪਾ ਲੈਣਾ? ਹਾਂਜੀ ਸਰ। ਤੈਨੂੰ ਕੋਈ ਰਿਦਮ 'ਚ ਤੂੰ ਹੈ ਕਿ ਨਹੀਂ? ਠੀਕ ਹੈ ਸਰ, ਚੱਲ। ਤੇਰੀ ਛਾ ਗਏ, ਕਿਆ ਬਾਤ ਹੈ! ਛਾ ਗਏ ਜੀ, ਛਾ ਗਏ। ਕੀ ਬਣਿਆ ਅੰਦਰ, ਕੀ ਹੋਇਆ? ਸਰ ਉਹਨਾਂ ਨੇ ਮੇਰੇ ਤੋਂ ਭੰਗੜਾ ਕਰਾਇਆ, ਐਕਟਿੰਗ ਕਰਾਈ। ਅੱਛਾ, ਪਹਿਲਾਂ ਕਦੀ ਲੱਗਿਆ ਨਹੀਂ ਵਿੱਚ ਯਾਰ ਮੈਂ ਕਿ ਮੈਂ ਹੁਣ ਇਹਨਾਂ ਨੇ ਨਾ ਕਰ ਦੇਣੀ ਹੈ ਜਾਂ ਇਦਾਂ ਲੱਗਿਆ? ਸਰ ਬਿਲਕੁਲ ਵੀ ਨਹੀਂ। ਕੀ ਬਾਤ ਹੈ ਯਾਰ, ਦ ਜੱਜਸ ਮਸਟ ਬੀ ਵੈਰੀ ਇੰਪ੍ਰੈਸਡ ਫਰਮ ਯੂ। ਯੈਸ ਸਰ। ਤੇ ਹੁਣ ਮਤਲਬ ਮੇਰਾ ਚਿਕਨ ਪੱਕਾ ਹੈ? ਪੱਕਾ ਜੀ, ਪੱਕਾ। ਚਲੋ, ਆਲ ਦ ਵੈਰੀ ਬੈਸਟ ਯਾਰ, ਤੁਹਾਨੂੰ ਮੇਗਾ ਆਡੀਸ਼ਨ ਵਿੱਚ ਮਿਲਦਾ, ਪਲੀਜ਼। ਕਿਆ ਬਾਤ ਹੈ, ਦੇਖਿਆ ਜੀ, ਮੁਰਲਾਲ એનર્ਜੀ ਦੇ ਗਿਆ ਜੀ। ਪੂਰਾ ਗੱਜ ਵੱਜ ਗਿਆ ਜੀ ਆਪਣਾ ਨਾ, ਜਦੋਂ ਕੋਈ ਬੰਦਾ ਅੱਗੇ ਆਉਂਦਾ ਅੱਛਾ। ਹਾਂ ਯਾਰ, ਖੁਸ਼ੀ ਹੁੰਦੀ ਹੈ, ਤਾਂ ਆਪਾਂ ਵੀ ਥੋੜੇ ਜਿਹਾ ਚਾਰਜ ਹੋ ਜਾਂਦੇ ਆ। ਬਿਲਕੁਲ। ਆਓ ਜੀ ਅੱਗੇ, ਨੈਕਸਟ ਜਸਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਆ ਵੀ ਜਸਪ੍ਰੀਤ, ਸੁਰ ਥੋੜਾ ਜਿਹਾ ਉੱਚਾ ਹੀ ਰੱਖੀ ਹੈ, ਥੋੜਾ ਜਿਹਾ એનર્ਜੀ ਚ ਰਹਿਣਾ। ਤੇ ਤੋਂ ਪਹਿਲਾਂ ਬਹੁਤ ਅੱਛਾ ਕੰਟੈਸਟੈਂਟ ਆ ਗਿਆ ਸਰ। ਕੀ ਕਰਦਾ ਹੁਣ? ਸਰ ਮੈਂ ਵੈਸੇ ਤਾਂ ਸਟੱਡੀ ਕੀਤੀ ਹੈ ਜੀ, ਬੀਏ ਕੀਤੀ ਹੈ, ਉਸ ਤੋਂ ਬਾਅਦ ਹੁਣ ਮੈਂ ਫੋਟੋਗ੍ਰਾਫੀ ਕਰਦਾ ਜੀ। ਅੱਛਾ, ਹਾਂਜੀ ਸਰ। ਤੇ ਕਿੱਥੋਂ ਸੁਣਿਆ ਸੀ ਮਿਸਟਰ ਪੰਜਾਬ ਬਾਰੇ? ਸਰ ਮੈਂ ਟੀਵੀ ਤੇ ਐਡ ਦੇਖੀ ਸੀ, ਤੇ ਜਦੋਂ ਫਸਟ ਟਾਈਮ ਮਿਸਟਰ ਪੰਜਾਬ ਆਇਆ ਸੀ 2014 ਦੇ ਵਿੱਚ, ਬਣੀ ਨਹੀਂ ਸੀ ਗੱਲ? ਨਹੀਂ, ਉਸ ਟਾਈਮ ਥੋੜੀ ਸਰ ਵਿੱਚ ਘਾਟ ਸੀਗੀ ਐਕਟਿੰਗ ਪੱਖੋਂ, ਸੋ ਮੈਂ ਸਿਲੈਕਟ ਨਹੀਂ ਹੋ ਪਾਇਆ ਜੀ। ਹੁਣ ਤੈਨੂੰ ਲੱਗਦਾ ਘਾਟ ਪੂਰੀ ਹੋ ਗਈ? ਹਾਂਜੀ ਸਰ, ਹੁਣ ਮੈਨੂੰ ਪੂਰਾ ਕੰਫੀਡੈਂਸ ਆ। ਦਿਖਾਓ ਫਿਰ ਕਰਕੇ ਕੁਛ। ਸਰ ਐਕਟ ਕਰ ਦੇਣਾ ਸਰ। ਠੀਕ ਹੈ ਜੀ। ਭਗਤ ਸਿੰਘ, ਕੋਰਟ ਨੇ ਤੁਮੇ ਔਰ ਤੁਹਾਡੇ ਸਾਥੀਓ ਕੋ ਫਾਂਸੀ ਕੀ ਸਜ਼ਾ ਸੁਣਾਈ ਹੈ। ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਜੀ। ਵਾਹ, ਤੁਮ ਖੁਸ਼ ਹੋ ਰਹੇ ਹੋ, ਕੋਰਟ ਨੇ ਤੁਮੇ ਫਾਂਸੀ ਕੀ ਸਜ਼ਾ ਸੁਣਾਈ ਹੈ। ਅਭੀ ਤੁਹਾਡੀ ਏਜ ਕਿਆ ਹੈ? ਤੁਹਾਡੀ ਏਜ ਕੇ ਲੋਕ ਨਏ ਨਏ ਡ੍ਰੀਮ ਡਿਜ਼ਾਈਨ ਕਰਤੇ ਹੈ, ਉਨ ਡ੍ਰੀਮਸ ਕੋ ਪੂਰਾ ਕਰਨੇ ਕਾ ਟ੍ਰਾਈ ਕਰਤੇ ਹੈ। ਡ੍ਰੀਮ ਤਾਂ ਜੀ ਮੈਂ ਬਚਪਨ 'ਚ ਹੀ ਦੇਖ ਲਿਆ ਸੀ। ਆ ਦੇਖ ਰਹੇ ਹੋ ਇਸ ਮਿੱਟੀ ਕੋ ਤੁਮ ਡ੍ਰੀਮ ਬੋਲਤੇ ਹੋ? ਹਾਂ, ਇਹ ਕੋਈ ਆਮ ਮਿੱਟੀ ਨਹੀਂ, ਇਹ ਜਲਿਆਂ ਵਾਲੇ ਬਾਗ ਦੀ ਮਿੱਟੀ ਆ। ਇਸ ਵਿੱਚ ਮੇਰੇ ਦੇਸ਼ ਵਾਸੀਆਂ ਦਾ ਖੂਨ ਮਿਲਿਆ ਹੋਇਆ, ਅਤੇ ਮੈਂ ਇਹਨੂੰ ਹਮੇਸ਼ਾ ਆਪਣੇ ਕੋਲ ਰੱਖਦਾ, ਤਾਂ ਕਿ ਇਹ ਮੈਨੂੰ ਮੇਰੇ ਵਜੂਦ, ਮੇਰੇ ਸੁਪਨੇ ਅਤੇ ਮੇਰੇ ਮਕਸਦ ਦੀ ਯਾਦ ਪਾਉਂਦੀ ਰਹੇ। ਤੁਹਾਨੂੰ ਕਿਆ ਲੱਗਤਾ ਹੈ, ਤੁਹਾਡੀ ਇਸ ਫਾਂਸੀ ਸੇ ਆਜ਼ਾਦੀ ਮਿਲ ਜਾਏਗੀ? ਔਰ ਜਦੋਂ ਡੁੱਲਦਾ ਖੂਨ ਸੀ। ਬਸ ਬਸ ਬਸ, ਠੀਕ ਠੀਕ। ਲਓ ਜੀ, ਜਜ਼ਬਾ ਤਾਂ ਹੈ ਜੀ ਮੁੰਡੇ 'ਚ, ਮੈਂ ਤਾਂ ਪਹਿਲਾਂ ਹੀ ਯੈਸ ਕਰ ਚੁੱਕਿਆ, ਬਾਕੀ ਤੁਸੀਂ ਆਪਣਾ ਡਿਸੀਜਨ ਦਿਓ ਹੁਣ। ਭੰਗੜਾ? ਹਾਂਜੀ ਸਰ। ਚਲ ਕੋਈ ਬਾਗ ਦਿਖਾ ਦੇ ਫਿਰ। ਦੋਸਤੋ, ਮੈਂ ਬੜੇ ਹੀ ਮਾਣ ਦੇ ਨਾਲ ਦੱਸਣਾ ਚਾਹੁੰਦਾ ਕਿ ਮਿਸਟਰ ਪੰਜਾਬ ਦੇ ਇਸ ਕੰਪੀਟੀਸ਼ਨ ਨੇ ਸਿਰਫ ਪੰਜਾਬ ਦੇ ਵਿੱਚ ਵਸਦੇ ਹੋਏ ਗੱਭਰੂਆਂ ਵਿੱਚ ਹੀ ਨਹੀਂ, ਬਲਕਿ ਪੂਰੀ ਦੁਨੀਆਂ ਦੇ ਵਿੱਚ ਵਸਦੇ ਹੋਏ ਗੱਭਰੂਆਂ ਦੇ ਦਿਲਾਂ ਵਿੱਚ ਇੱਕ ਜੋਸ਼ ਅਤੇ ਇੱਕ ਜਨੂਨ ਪੈਦਾ ਕਰਤਾ ਹੈ। ਹੁਣ ਗੱਭਰੂ ਕਿਸੇ ਵੀ ਹਿੱਲੇ ਮਿਸਟਰ ਪੰਜਾਬ ਦਾ ਇਹ ਤਾਜ ਪਾਉਣਾ ਚਾਹੁੰਦੇ ਨੇ, ਔਰ ਇਹਦੇ ਲਈ ਉਹ ਸਿਰਫ ਆਪਣੇ ਸ਼ਹਿਰ ਤੋਂ ਹੀ ਨਹੀਂ ਬਲਕਿ ਦੂਰੋਂ ਦੂਰੋਂ ਦੂਸਰੀ ਸਟੇਟਸ ਤੋਂ ਵੀ ਇੱਥੇ ਪਹੁੰਚੇ ਹੋਏ ਨੇ। ਇਹ ਮਿਸਟਰ ਪੰਜਾਬ ਦੇ ਦੀਵਾਨਿਆਂ ਦਾ ਇਹ ਆਡੀਸ਼ਨ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ। ਤੁਸੀਂ ਕਿਤੇ ਨਾ ਜਾਇਓ, ਆਪਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਅੱਛਾ, ਲੁਧਿਆਣੇ ਲੋਕਲ ਰਹਿੰਦੇ ਹੋ? ਹਾਂਜੀ ਸਰ। ਕਿਹੜੇ ਸ਼ਹੀਦ ਹੈਗੇ ਆ ਜਿਹੜੇ ਲੁਧਿਆਣਾ ਸ਼ਹਿਰ ਨਾਲ ਸੰਬੰਧ ਰੱਖਦੇ ਆ? ਸਰ ਇੰਨਾ ਕਦੀ ਸਰ ਮੈਂ ਪੜ੍ਹਿਆ ਨਹੀਂ ਜੀ, ਇਹੀ ਤਾਂ ਪਤਾ ਹੋਣਾ ਚਾਹੀਦਾ।
ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਸ਼ੇਰਾਂ ਦੇ ਇਸ ਮਹਾਂ ਮੁਕਾਬਲੇ ਵਿੱਚ, ਜਿਸਦਾ ਨਾਮ ਹੈ ਮਿਸਟਰ ਪੰਜਾਬ 2016, ਕੋ ਪ੍ਰੈਜੈਂਟਡ ਬਾਏ ਕੋਲਗੇਟ ਸੁਪਰਫਲੈਕਸੇ, ਪਾਵਰਡ ਬਾਏ ਪਤੰਜਲੀ ਚਵਨਪ੍ਰਾਸ਼ ਅਤੇ ਐਸੋਸੀਏਟ ਸਪੋਂਸਰ ਹੈ ਜੌਲੀ ਫੈਟ ਗੋ। ਦੇਖੋ ਜੀ, ਸਾਨੂੰ ਚਾਹੀਦਾ ਇਹੋ ਜਿਹਾ ਗੱਭਰੂ ਜਿਹਦਾ ਸਰੂ ਵਰਗਾ ਹੋਵੇ ਕੱਦ ਅਤੇ ਖੂਬਸੂਰਤੀ ਹੋਏ ਹੱਦੋਂ ਵੱਧ, ਜਿਹਨੂੰ ਨੱਚਣਾ ਆਉਂਦਾ ਹੋਵੇ, ਗਾਣਾ ਆਉਂਦਾ ਹੋਵੇ ਅਤੇ ਉਸ ਤੋਂ ਵੀ ਵੱਧ ਜਚਣਾ ਆਉਂਦਾ ਹੋਵੇ, ਅਤੇ ਇਹ ਸਭ ਉਦੋਂ ਹੀ ਪੋਸੀਬਲ ਹੈ ਚਲੋ ਬੰਦੇ ਦੀ ਫਿਟਨੈਸ ਪੂਰੀ ਹੁੰਦੀ ਹੈ, ਅਤੇ ਉਹਦੀ ਫਿਟਨੈਸ ਅਤੇ ਹੋਰ ਵੀ ਬਾਕੀ ਉਹਦੇ 'ਚ ਕਿਹੜੇ ਕਿਹੜੇ ਟੈਲੈਂਟ ਨੇ, ਇਹ ਸਾਰੇ ਜੱਜ ਕਰ ਰਹੇ ਨੇ ਸਾਡੇ ਰਿਸਪੈਕਟਿਡ ਜੱਜਸ। ਅਤੇ ਆਓ ਫਿਰ ਅੰਦਰ ਚੱਲਦੇ ਹਾਂ, ਦੇਖਦੇ ਹਾਂ ਜੀ ਉਹਨਾਂ ਨੂੰ। ਪਤਾ ਭਾਅ ਜੀ, ਸਾਡੇ ਇਸ ਸ਼ੋਅ ਦੀ ਖਾਸੀਅਤ ਕੀ ਹੈਗੀ ਹੈ, ਜਿਹੜੇ ਕੰਟੈਸਟੈਂਟ ਆਉਂਦੇ ਨੇ ਉਹ ਆਪਣੇ ਆਪ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਸਭ ਤੋਂ ਵੱਡੀ ਗੱਲ ਹੈਗੀ, ਪੰਜਾਬ ਦੀ ਜਿਹੜੀ ਚੀਜ਼ਾਂ ਲੋਕ ਭੁੱਲ ਚੁੱਕੇ ਨੇ ਉਹ ਥੋੜ੍ਹੀ ਜਿਹੀ ਸਾਡੇ ਕੋਲੋਂ ਜਾਣਦੇ ਨੇ, ਥੋੜ੍ਹੀ ਜਿਹੀ ਕਿਤਾਬਾਂ ਤੋਂ ਜਾਣਦੇ ਨੇ, ਐਟਲੀਸਟ ਪੜ੍ਹਾਈ ਤਾਂ ਕਰਦੇ ਨੇ ਉਸ ਬਾਰੇ। ਇਹ ਸਕੂਲ 'ਚ ਵੀ ਪੜ੍ਹਾਉਂਦੇ ਨੇ ਇਹ ਸਭ ਚੀਜ਼ਾਂ, ਉੱਥੇ ਧਿਆਨ ਨਹੀਂ ਦਿੰਦੇ, ਹੁਣ ਫੇਮਸ ਹੋਣ ਲਈ ਇਹ ਸਭ ਕੰਮ ਕਰਦੇ ਪਏ ਨੇ। ਹੁਣ ਤੁਸੀਂ ਇਹ ਵੇਖੋ ਕਿ ਉਹ ਹੁਣ ਚੀਜ਼ ਲੁਪਤ ਹੋ ਰਹੀ ਹੈ ਧੀਰੇ ਧੀਰੇ, ਜਿਹੜੀ ਬੇਸ ਦੇ ਉੱਤੇ ਅਸੀਂ ਫੇਮਸ ਹੋਏ ਆ, ਹੁਣ ਅੱਜ ਦੀ ਜਨਰੇਸ਼ਨ ਵਿੱਚ ਬੇਸ ਨਹੀਂ ਹੈਗਾ। ਬੇਸ ਨਹੀਂ ਹੈਗਾ, ਮੈਂ ਵੀ ਇਹੀ ਮਹਿਸੂਸ ਕਰਦਾ। ਜਿਹੜੇ ਨਾ ਪੁਰਾਣੇ, ਜਿਵੇਂ ਹੁਣ ਇੱਥੋਂ ਜਾ ਕੇ ਪੰਜਾਬੀ ਮੁੰਡੇ ਵੀ ਬਾਹਰ ਗਏ ਆ, ਉਹ ਜਿਹੜੇ ਉੱਥੋਂ ਵਾਲੇ ਆ, ਉਹਨਾਂ ਤੋਂ ਦੋ ਤੇ ਦੋ ਚਾਰ ਨਹੀਂ ਜਮ੍ਹਾਂ ਹੁੰਦੇ ਜੇ ਵੈਸੇ ਕਰਨੇ ਹੋਣ, ਉਹ ਵੀ ਕੈਲਕੂਲੇਟਰ ਚਾਹੀਦਾ ਉਹਨਾਂ ਨੂੰ। ਤੁਸੀਂ ਇਹਨਾਂ ਨੂੰ ਕੁਐਸਚਨ ਦੋ ਘੁਮਾ ਕੇ ਪੁੱਛ ਲਓ, ਉਹਨੇ 'ਚ ਹੀ ਕਨਫਿਊਜ਼ ਹੋ ਜਾਂਦੇ ਆ, ਡਰ ਜਾਂਦੇ ਆ, ਕੁਛ ਇੱਥੇ ਆ ਕੇ ਡਰ ਜਾਂਦੇ। ਪੰਜਾਬੀਆਂ ਨੂੰ ਨਾ ਹਰ ਚੀਜ਼ ਪੁਰਾਣੀ ਜਨਰੇਸ਼ਨ ਨੂੰ ਬਹੁਤ ਹਾਰਡਵਰਕ ਤੋਂ ਬਾਅਦ ਮਿਲੀ ਹੈ, ਇਸ ਜਨਰੇਸ਼ਨ ਨੂੰ ਹਾਰਡਵਰਕ ਦਾ ਪਤਾ ਨਹੀਂ। ਤੁਸੀਂ ਹੋਰ ਦੇਖੋ, ਜਦੋਂ ਆਪਾਂ ਨਿਕਲ ਕੇ ਆਉਂਦੇ ਹਾਂ ਬਾਹਰ ਤੋਂ ਐਂਟਰ ਕਰਦੇ ਹਾਂ, ਮੈਂ ਤਾਂ ਤੁਸੀਂ ਪਤਾ ਨਹੀਂ ਨੋਟ ਕੀਤਾ ਕਿ ਨਹੀਂ ਕੀਤਾ, ਇਹ ਆਪਸ 'ਚ ਲੱਗੇ ਹੁੰਦੇ ਆ, ਭਾਜੀ ਉਹ ਫਲਾਣੇ ਦਾ ਜਨਮ ਕਦੋਂ ਹੋਇਆ, ਐਗਜ਼ਾਮ ਤੋਂ ਪਹਿਲਾਂ ਕਦੋਂ ਹੋਇਆ ਸੀ, ਐਗਜ਼ਾਮ ਤੋਂ ਪਹਿਲਾਂ। ਚਲੋ ਤਿਆਰੀ ਤਾਂ ਕਰਦੇ ਨੇ ਨਾ, ਘੱਟੋ ਘੱਟ ਯਾਦ ਕਰ ਰਹੇ ਨੇ, ਅਗਰ ਸ਼ੁਰੂ ਤੋਂ ਹੀ ਕਰਨ ਤਾਂ ਮਿਸਟਰ ਪੰਜਾਬ ਬਣਨ ਵਿੱਚੋਂ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ, ਸਾਡਾ ਕੰਮ ਔਖਾ ਹੋ ਜਾਏਗਾ। ਹਾਂ, ਕੋਈ ਗੱਲ ਨਹੀਂ, ਆਓ ਜੀ ਅੱਗੇ ਆਓ ਜੀ। ਨੈਕਸਟ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਗੁਰਲਾਲ ਸਿੰਘ ਸੰਧੂ, ਮੈਂ ਬੱਦਵਾਲ ਪਿੰਡ ਦਾ ਰਹਿਣ ਵਾਲਾ ਹਾਂ। ਮੈਨੂੰ ਬੈਡਮਿੰਟਨ, ਬਾਸਕਟਬਾਲ ਅਤੇ ਫੁੱਟਬਾਲ ਖੇਡਣਾ ਬਹੁਤ ਪਸੰਦ ਆ। ਸਾਡੇ ਪੰਜਾਬ ਦੀ ਬਹੁਤ ਯੂਥ ਇਹੀ ਸੋਚਦੀ ਆ, ਤੁਸੀਂ ਦਾੜੀ ਅਤੇ ਪੱਗ ਨਾਲ ਜ਼ਿੰਦਗੀ 'ਚ ਅੱਗੇ ਨਹੀਂ ਵੱਧ ਸਕਦੇ। ਮੈਂ ਮਿਸਟਰ ਪੰਜਾਬ 'ਚ ਇਹੀ ਗੱਲ ਸਾਬਿਤ ਕਰਨਾ ਹਾਂ, ਤੁਸੀਂ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਨਾਲ ਲੈ ਕੇ ਵੀ ਜ਼ਿੰਦਗੀ 'ਚ ਵੱਡੇ ਤੋਂ ਵੱਡਾ ਮੁਕਾਮ ਹਾਸਿਲ ਕਰ ਸਕਦੇ ਹੋ। ਬੜਾ ਜੱਚ ਰਿਹਾ ਗੁਰਲਾਲ ਸਿੰਘ। ਥੈਂਕ ਯੂ ਸਰ। ਜੱਚ ਵੀ ਰਿਹਾ, ਫੱਬ ਵੀ ਰਿਹਾ ਹੈ, ਕੀ ਕਰਦੇ ਹੋ ਤੁਸੀਂ? ਸਰ ਮੈਂ ਸਰ ਇਸ ਵੇਲੇ ਤਾਂ ਸਰ ਤਿਆਰੀ ਕਰ ਰਿਹਾ ਗਵਰਨਮੈਂਟ ਐਗਜ਼ਾਮਸ ਦੀ, ਸਰ CDS ਆਰਮੀ ਦੇ ਐਗਜ਼ਾਮਸ ਦੀ। ਸਰ ਮੈਂ ਅੱਗੇ ਆ ਕੇ ਇੱਕ ਆਰਮੀ ਅਫਸਰ ਬਣਾ ਚਾਹੁੰਦਾ ਸਰ। ਨਹੀਂ ਨਹੀਂ, ਤੇਰੀ ਬੋਲੀ ਯਾਰ ਵਾਕਈ ਆਰਮੀ ਅਫਸਰ ਅੱਗੇ ਹੈ ਨਾ, ਮੈਂ ਤਾਂ ਤੁਹਾਨੂੰ ਗੜ ਕੇ ਬੋਲ ਰਿਹਾ। ਕਿੰਨੀ ਹਾਈਟ ਹੈ ਤੇਰੀ? ਸਰ 6'3". ਕਿਆ 6'3"? ਯੈਸ। ਤੇ ਕੀ ਕਰਕੇ ਦਿਖਾਓਗੇ? ਸਰ ਭੰਗੜਾ ਕਰ ਦੇਣਾ ਸਰ, ਕੁਛ ਹੋਰ ਐਕਟਿੰਗ ਕਰ ਦੇਣਾ, ਕਦੀ ਵੈਸੇ ਕੀਤੀ ਨਹੀਂ ਬਟ ਕਰ ਦੇਣਾ ਸਰ। ਕਰ ਦੇ ਐਕਟਿੰਗ ਸਰ, ਕਰ ਦੇ। ਰਮਨ, ਤੇਰੀ ਟੀਮ ਪੂਰੀ ਵੇਟ ਕਰ ਰਹੀ ਹੈ, ਚਲੋ ਚਲੀਏ। ਕੀ ਹੋ ਗਿਆ? ਕੀ ਨਹੀਂ ਜਾਣਾ? ਪਾਪਾ ਮਣਾ ਸਰ? ਕੀ ਸਰ, ਸਹੀ ਗੱਲ ਹੈ ਸਰ, ਬਹੁਤ ਵਧੀਆ। ਇਹ ਕੁੜੀ ਹੈ ਕੁੜੀ, ਇਹਦਾ ਕੋਈ ਹੱਕ ਨਹੀਂ ਕਿ ਜਾ ਕੇ ਸੁਪਨੇ ਪੂਰੇ ਕਰੇ ਆਪਦਾ। ਇਹਦਾ ਕੰਮ ਆ ਘਰੇ ਭਾਂਡੇ ਮਾਂਜੇ, ਚੋਚਾ ਪੋਚਾ ਲਾਵੇ ਅਤੇ ਗਾਂ ਵਿਆਹ ਕਰੇ, ਜਵਾਕ ਜੰਮੇ ਉਹਦੀ ਸੇਵਾ ਕਰੇ। ਇਹਦਾ ਕੋਈ ਹੱਕ ਨਹੀਂ, ਇਹ ਕੁੜੀ ਆ, ਅਸੀਂ ਮਰਦ ਹੁੰਦੇ ਹਾਂ। ਸਰ ਮਾਫੀ ਚਾਹੂੰਗਾ ਸਰ, ਮੈਂ ਚਲੋ ਨੀਵਾਂ ਛੋਟਾਂ, ਤੁਹਾਨੂੰ ਮੈਂ ਕੁਛ ਅਕਲ ਨਹੀਂ ਦੱਸਦਾ, ਬਟ ਮੇਰੀ ਇਹ ਗੱਲ ਸਰ ਯਾਦ ਰੱਖਿਓ, 125 ਕਰੋੜ ਆਬਾਦੀ ਇਸ ਦੇਸ਼ ਦੀ, 125 ਕਰੋੜ। ਆ ਪਿੱਛੇ ਓਲੰਪਿਕ ਹੋਇਆ ਸਰ, ਅਸੀਂ ਮਰਦ ਹੁੰਦੇ ਹਾਂ, ਮਰਦ ਕਹਾਉਂਦੇ ਹਾਂ ਕਿ ਮਰਦਾਂ ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ। ਸਾਡੇ ਕੋਲੋਂ ਇੱਕ ਮੈਡਲ ਨਹੀਂ ਆਇਆ ਓਲੰਪਿਕ ਦਾ, ਇੱਕ ਮੈਡਲ। 125 ਕਰੋੜ ਦੇਸ਼ ਦੀ ਆਬਾਦੀ ਦੀ ਇੱਜ਼ਤ 3 ਕੁੜੀਆਂ ਬਚਾ ਕੇ ਲਿਆਈਆਂ ਸਰ, 3 ਕੁੜੀਆਂ। ਜੇ PV ਸਿੰਧੂ ਦੇ ਪਿਓ ਨੇ ਉਹਨੂੰ ਕਿਹਾ ਹੁੰਦਾ, ਕੁੜੀਏ ਤੂੰ ਨਹੀਂ ਖੇਡਣਾ, ਤੂੰ ਘਰੇ ਵਿਆਹ ਕੰਮ ਕਰ, ਵਿਆਹ ਕਰ, ਅੱਜ ਸਾਡਾ ਮੈਡਲ ਨਹੀਂ ਆਉਂਦਾ ਬੈਡਮਿੰਟਨ 'ਚ। ਜੇ ਦੀਪਕ ਕਰਮਾਕਰ, ਜਿਹੜੀ ਗੇਮ ਨੂੰ ਮੁੰਡੇ ਡਰਦੇ ਆ ਖੇਡਣ ਲਈ, ਉਸ ਕੁੜੀ ਨੇ ਸਾਡਾ ਦੇਸ਼ ਦਾ ਨਾਂ ਰੋਸ਼ਨ ਕੀਤਾ ਉਸ ਗੇਮ 'ਚ, ਜਿਮਨਾਸਟਿਕ 'ਚ। ਕੁੜੀਆਂ ਕਿੱਥੇ ਪਹੁੰਚ ਗਈਆਂ? ਸਾਡੀ ਪੂਰਵ ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਜੇ ਉਹਦੇ ਪਿਓ ਨੇ ਰੋਕਤਾ ਹੁੰਦਾ, ਅੱਜ ਉਹ ਦੇਸ਼ ਦੀ ਰਾਸ਼ਟਰਪਤੀ ਨਹੀਂ ਬਣਦੀ ਸਰ। ਕਿੱਥੇ ਗੱਲਾਂ ਕਰਦੇ ਹੋ ਸਰ? ਮੈਂ ਲੈ ਜਾ ਭਰਾ ਤੂੰ ਆ ਜਾ। ਯਾਦ ਰੱਖਿਓ, ਸਰਦਾਰ ਨਹੀਂ, ਸਰਦਾਰ ਜੀ, ਸਰਦਾਰ ਜੀ। ਮਨਮੀਤ, ਸਤਿ ਸ਼੍ਰੀ ਅਕਾਲ ਸਰ ਸਾਰਿਆਂ ਨੂੰ ਮੇਰੇ ਵੱਲ। ਸਤਿ ਸ਼੍ਰੀ ਅਕਾਲ। ਮਨਮੀਤ ਘਬਰਾ ਗਿਆ, ਅੰਦਰ ਆ ਕੇ ਥੋੜ੍ਹਾ ਜਿਹਾ ਹੀ। ਨਾ ਘਬਰਾ, ਨਾ ਘਬਰਾ, ਦੇਖ ਕਿਤੇ ਸਮਾਈਲਿੰਗ ਹੱਸਦੇ ਫੇਸਿਸ ਤੇ ਗ੍ਰੀਟ ਕਰਨ ਵਾਸਤੇ ਇੱਥੇ ਬੈਠੇ ਨੇ ਸਰ। ਇਹਨਾਂ ਨੂੰ ਤਾਂ ਆਪਣਾ ਬਸ ਉਹ ਚੀਜ਼ ਮੇਰੇ ਤਾਂ ਮਾਇੰਡ 'ਚ ਹੋਈ, ਇਹਨਾਂ ਦਾ ਯਾਦ ਆ ਜਾਂਦਾ ਹੈਗਾ ਸੌਂਗ PU ਲਵਲੀ ਵਾਲਾ ਸੌਂਗ ਸਰ। ਅਤੇ ਚਲੋ ਭਰੋ ਫਿਰ, ਕੀ ਸਪੈਸ਼ਲ ਤੁਸੀਂ ਕੁਛ ਕਰਕੇ ਦਿਖਾਉਣਾ ਚਾਹੁੰਦੇ ਹੋ? ਸਰ ਮੇਰੀ ਸਪੈਸ਼ਲਿਟੀ ਸਰ ਡਾਂਸ ਦੇ ਵਿੱਚ ਹੈਗੀ ਆ, ਅਤੇ ਬੇਸਿਕਲੀ ਸਰ ਮੈਂ ਡਾਂਸ ਵੈਸਟਰਨ, ਹਿਪ ਹੋਪ, ਬੀ ਬੋਇੰਗ, ਲੋਗਿੰਗ ਬੋਪਿੰਗ, ਭੰਗੜਾ ਅਤੇ ਲਿਟਲ ਬਿਟ ਆਫ ਸਰ ਕਲਾਸੀਕਲ ਮੇਰਾ ਸਰ। ਹਾਂਜੀ ਸਰ, ਚੱਲ ਸ਼ੁਰੂ ਹੋ ਜਾ।
ਕਿਆ ਬਾਤ ਹੈ। ਅਸੀਂ ਇੱਕ ਗੱਲ ਕਵਾਂਗੇ ਭਰਾ, ਤੇਰੇ 'ਚ ਡਾਂਸ ਬੜਾ ਵਧੀਆ, ਤੂੰ ਬਹੁਤ ਹੀ ਵਧੀਆ ਡਾਂਸ ਕਰ। ਹੁਣ ਗੱਲ ਆ ਜਾਂਦੀ ਹੈ ਤੇਰੀ ਪਰਸਨੈਲਿਟੀ ਦੀ, ਤੇਰੇ ਡਾਂਸ ਕਰਨ ਦੇ ਬਾਵਜੂਦ ਤੂੰ ਥੋੜ੍ਹਾ ਜਿਹਾ ਭਰਵੇਂ ਸਰੀਰ ਦਾ। ਉਹ ਸਰ ਮੈਂ ਐਫਰਟ ਕਰੂੰਗਾ ਸਰ, ਇੱਕ ਹੁੰਦਾ ਨਾ ਜਸਟ ਇੱਕ ਓਪਰਚੁਨਿਟੀ ਮਿਲੇ। ਇਸ ਤਰ੍ਹਾਂ ਕਦੀ ਸੁਣਿਆ ਕਿ ਫੁੱਟਬਾਲ ਦਾ ਮੈਚ ਹੋ ਰਿਹਾ ਹੋਏ ਅਤੇ ਕਿਸੇ ਪਲੇਅਰ ਨੂੰ ਜਿਹੜਾ ਬੈਂਚ 'ਤੇ ਬੈਠਿਆ ਹੋਏ ਉਹਨੂੰ ਕਹੋ ਕਿ ਬੇਟਾ ਆ ਜਾ ਹੁਣ, ਚੱਲ ਆਪਾਂ ਤੈਨੂੰ ਹੁਣ ਚੇਂਜ ਕਰਕੇ ਵਿਚਕਾਰ ਮੈਚ 'ਚ ਲਿਆ ਰਹੇ ਹਾਂ, ਉਹ ਕਹੇ ਜੀ ਠੀਕ ਹੈ ਮੈਨੂੰ ਥੋੜ੍ਹਾ ਸਿਖਾਓ ਇੱਥੇ ਫਿਰ ਮੈਂ ਖੇਡਣ ਜਾਵਾਂਗਾ। ਇਸ ਤਰ੍ਹਾਂ ਨਹੀਂ ਹੁੰਦਾ, ਰੈਡੀ ਪਲੇਅਰ ਚਾਹੀਦਾ ਇੱਕਦਮ ਰੈਡੀ ਪਲੇਅਰ। ਚੱਲ ਬਈ ਨੱਠਦੇ ਨੱਠਦੇ 'ਚ ਹੀ ਉਹ, ਚੱਲ ਤੂੰ ਬਾਹਰ ਆ, ਕੋਚ ਕਹਿੰਦਾ ਹਾਂ ਤੂੰ ਖੇਡਣ ਜਾ, ਉਹ ਖੇਡਦਾ ਖੇਡਦਾ ਨੱਠਦਾ ਪਹੁੰਚ ਜਾਂਦਾ ਜਾ ਕੇ ਗੋਲ ਮਾਰ ਦਿੰਦਾ। ਹਾਂਜੀ ਸਾਨੂੰ ਉਹੋ ਜਿਹਾ ਪਲੇਅਰ ਚਾਹੀਦਾ। ਤੈਨੂੰ ਪਤਾ ਹੈ ਕਿ ਮੈਂ ਇਸ ਟਾਈਮ ਕਾਬਲ ਨਹੀਂ। ਸਿੱਧੀ ਜੀ ਗੱਲ ਫਿਰ, ਆਲ ਦਾ ਬੈਸਟ। ਓਕੇ, ਸਾਨੂੰ ਹੁਣੇ ਹੁਣੇ ਖਬਰ ਆਈ ਹੈ ਤੂੰ ਬਾਹਰ ਬੜੀਆਂ ਹਰੀਆਂ ਮਿਰਚਾਂ ਖਾਧੀਆਂ। ਹਾਂਜੀ ਠੀਕ ਠਾਕ ਹਾਂ ਮੈਂ। ਹਾਂਜੀ ਹਾਂਜੀ ਹੈਂ ਕੈਮ ਜੀ ਕੈਮ। ਅੱਛਾ ਲੁਧਿਆਣੇ ਲੋਕਲ ਰਹਿੰਦੇ? ਹਾਂਜੀ ਸਰ। ਕਿਹੜੇ ਸ਼ਹੀਦ ਹੈਗੇ ਆ ਜਿਹੜੇ ਲੁਧਿਆਣਾ ਸ਼ਹਿਰ ਨਾਲ ਸੰਬੰਧ ਰੱਖਦੇ ਆ? ਸਰ ਇੰਨਾ ਕਦੀ ਸਰ ਮੈਂ ਪੜ੍ਹਿਆ ਨਹੀਂ ਜੀ, ਤਾਂ ਇਹੀ ਤਾਂ ਪਤਾ ਹੋਣਾ ਚਾਹੀਦਾ। ਥੈਂਕ ਯੂ। ਕੋਈ ਨਹੀਂ, ਅਗਲੀ ਵਾਰੀ ਤਿਆਰੀ ਕਰਕੇ ਆਇਓ ਉਦੋਂ ਦੇਖ। ਹੋਏ ਦੇਖ ਰੱਬਾ ਮੈਂ ਚਰਜ ਹੋ ਗਿਆ, ਤੇਰੀਆਂ ਬੇਪਰਵਾਹੀਆਂ ਕਈ ਰੰਗਾਂ ਵਿੱਚ ਖੇਡੇ ਪਲ ਪਲ ਤੂੰ ਐ ਸੱਚਿਆ। ਯਾਰ ਜ਼ਿਆਦਾ ਵਧੀਆ, ਬਟ ਹਲੇ ਨਾ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਆ ਹੋਰ। ਛੱਡ ਦੋ ਆ 50 ਸਾਲ ਪੁਰਾਣਾ ਨਾਰਾ ਲਾਉਣ ਨੂੰ, ਕਿਹੜੇ ਕਿਸਾਨ ਦੀ ਜੈ ਜੈ ਕਰਦੇ ਹੋ? ਉਸ ਕਿਸਾਨ ਦੀ ਜਿਹਦੇ 'ਤੇ ਹੜ੍ਹ ਵੀ ਪਏ ਅਤੇ ਸੋਕੇ ਵੀ ਪਏ ਨੇ, ਉਹ ਪਰ ਫਿਰ ਵੀ ਕਿਵੇਂ ਨਾ ਕਿਵੇਂ ਤੁਹਾਡਾ ਢਿੱਡ ਭਰਦਾ ਆ। ਤੇਰਾ ਯਾਰ ਐਕਟ ਬਹੁਤ ਢਿੱਲਾ ਹੈ। ਸੋਰੀ ਮੇਰੇ ਬ੍ਰਦਰ, ਇਹ ਮੰਚ ਤੇਰੇ ਵਾਸਤੇ ਨਹੀਂ ਹੈ, ਨਹੀਂ ਹੈ, ਨਹੀਂ ਹੈ। ਦੋਸਤੋ, ਜੱਜਿਸ ਦੀ ਐਕਸਪੈਕਟੇਸ਼ਨਸ ਲੁਧਿਆਣੇ ਅਤੇ ਗੱਭਰੂਆਂ ਤੋਂ ਬਹੁਤ ਹੀ ਵੱਧ ਦੇ, ਇਸ ਕਰਕੇ ਕਈ ਗੱਭਰੂ ਨਰਵਸ ਹੋਏ ਪਏ ਨੇ, ਥੋੜ੍ਹੇ ਘਬਰਾਏ ਵੀ ਹੋਏ ਨੇ, ਬਟ ਮਿਸਟਰ ਪੰਜਾਬ 2016 ਬਣਨ ਦਾ ਇਹ ਮੌਕਾ ਵਾਰ ਵਾਰ ਨਹੀਂ ਮਿਲਦਾ। ਸੋ ਦੇਖਦੇ ਹਾਂ ਕਿ ਗੱਭਰੂ ਇਸ ਮੌਕੇ ਨੂੰ ਕਿੱਦਾਂ ਐਨਕੈਸ਼ ਕਰਦੇ ਨੇ। ਬਟ ਉਸ ਤੋਂ ਪਹਿਲਾਂ ਅਸੀਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਮਾਸਟਰ ਜੀ, ਮਾਸਟਰ ਜੀ, ਮਾੜਾ ਜੀ ਤੁਹਾਨੂੰ ਇੱਕ ਸਵਾਲ ਪੁੱਛਣਾ। ਮਾਸਟਰ ਕਹਿੰਦਾ ਹਾਂ ਹਾਂ ਬਈ ਪੁੱਛ ਪੁੱਛ। ਕੀ ਪੁੱਛਣਾ? ਮਾਸਟਰ ਜੀ, ਆਪਾਂ ਜੀ ਹਾਥੀ ਨੂੰ ਫਰਿੱਜ 'ਚ ਕਿੱਦਾਂ ਬੰਦ ਕਰਾਂਗੇ? ਮਾਸਟਰ ਕਹਿੰਦਾ ਵੀ ਵੀ ਬੇਵਕੂਫਾਂ, ਤੂੰ ਹਾਥੀ ਕਿੱਥੋਂ ਫਰਿੱਜ ਬੰਦ ਹੋਜੂਗਾ? ਯਾਰ ਮੇਰੀ ਗੱਲ ਆ, ਤੂੰ ਸੋਚਦਾ ਕਿ ਤੂੰ ਮਿਸਟਰ ਪੰਜਾਬ ਬਣਨ ਦੇ ਲਾਇਕ ਆ? ਅਗਰ ਤੂੰ ਮਿਸਟਰ ਪੰਜਾਬ ਬਣ ਗਿਆ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰੇਂਗਾ ਉੱਥੇ? ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਸ਼ੇਰਾਂ ਦੇ ਇਸ ਮਹਾਂ ਮੁਕਾਬਲੇ ਵਿੱਚ, ਜਿਹਦਾ ਨਾਮ ਹੈ ਮਿਸਟਰ ਪੰਜਾਬ 2016, ਕੋ ਪ੍ਰੈਜੈਂਟਡ ਬਾਏ ਕੋਲਗੇਟ ਸੁਪਰਫਲੈਕਸੀ, ਪਾਵਰਡ ਬਾਏ ਪਤੰਜਲੀ ਚਮਨਪ੍ਰਾਸ਼, ਐਸੋਸੀਏਟ ਸਪੋਂਸਰ ਹੈ ਜੌਲੀ ਫੈਟਗੋ ਐਂਡ ਵਾਰਡਰੋਬ ਪਾਰਟਨਰਸ ਪੈਂਟਾਲੂਨ। ਦੋਸਤੋ, ਮਿਸਟਰ ਪੰਜਾਬ ਬਣਨ ਵਾਸਤੇ ਬਹੁਤ ਸਾਰੀ ਕੁਆਲਿਟੀਜ਼ ਦੀ ਲੋੜ ਹੁੰਦੀ ਹੈ। ਮੈਂ ਤਾਂ ਕਹਿੰਦਾ ਜਿੰਨੀਆਂ ਕੁਆਲਿਟੀਆਂ ਹੋਣ ਉਨੀਆਂ ਘੱਟ ਨੇ ਮੁੰਡੇ 'ਚ, ਪਰ ਸਭ ਤੋਂ ਇੰਪੋਰਟੈਂਟ ਕੁਆਲਿਟੀ ਚਾਹੀਦੀ ਹੈ ਪਰਸਨੈਲਿਟੀ, ਅਤੇ ਪਰਸਨੈਲਿਟੀ ਆਉਂਦੀ ਹੈ ਬੋਡੀ ਦੇ ਨਾਲ, ਯਾਨੀ ਫਿਜ਼ੀਕ ਦੇ ਨਾਲ। ਮੈਂ ਕਹਿੰਦਾ ਇਹ ਮੁੰਡੇ ਬੋਡੀ ਬਣਾਉਣ ਵਾਸਤੇ ਬਹੁਤ ਜ਼ਿਆਦਾ ਪ੍ਰੋਟੀਨ ਲੈਂਦੇ ਨੇ। ਕਿਉਂ ਮੁੰਡੇ ਲੈਂਦੇ ਹੋ ਯਾਰ? ਹੈ ਪ੍ਰੋਟੀਨ ਤਾਂ ਚਾਹੀਦਾ ਹੀ ਹੈ, ਹੈ ਨਾ? ਮੈਂ ਤਾਂ ਕਈ ਇਹੋ ਜਿਹੇ ਮੁੰਡੇ ਵੀ ਦੇਖੇ ਨੇ ਵੀ 20 ਅੰਡੇ ਇੱਕ ਹੀ ਟਾਈਮ ਦੇ ਉੱਤੇ ਖਾਂਦੇ ਨੇ, ਕਿਉਂਕਿ ਪ੍ਰੋਟੀਨ ਦਾ ਸੋਰਸ ਆ, ਬਿਲਕੁਲ ਠੀਕ ਆ। ਵੈਸੇ ਮੇਰੇ ਕੋਲ ਇੱਥੇ ਆਂਡਿਆਂ ਦੀ ਇੱਕ ਟ੍ਰੇ ਪਈ ਹੋਈ ਹੈ, ਦੇਖ ਪਾ ਰਹੇ ਹੋ ਜੀ? ਅੱਛਾ ਕੀ ਲੱਗਦਾ ਮੁੰਡਿਓ, ਆਂਡੇ ਦੀ ਟ੍ਰੇ ਮੈਂ ਕੀ ਕਰਨ ਵਾਲਾ? ਖਵਾਉਣ ਵਾਲਾ? ਹੈ ਕੋਈ ਨਾ, ਮੈਂ ਕਲੀਅਰ ਕਰ ਦੇਣਾ। ਇਹ ਜਿਹੜੀ ਆਂਡੇ ਦੀ ਟ੍ਰੇ ਹੈ ਨਾ, ਇਹ ਮੁੰਡੇ ਆਂਡੇ ਚੱਕਣਗੇ ਅਤੇ ਛਿੱਲਣਗੇ। ਸੋ ਜੀ ਆਂਡੇ ਜਿਹੜੇ ਇੱਥੇ ਪਏ ਨੇ, ਇਹ 20 ਸੈਕਿੰਡ ਦੇ ਵਿੱਚ ਪ੍ਰੋਪਰ ਆਂਡਾ ਛਿੱਲਣਾ ਚਾਹੀਦਾ। ਸੋ ਜਿਹੜਾ ਮੁੰਡਾ ਸਭ ਤੋਂ ਪਹਿਲਾਂ ਆਂਡਾ ਛਿੱਲ ਕੇ ਉੱਥੇ ਰੱਖੇਗਾ ਔਰ ਸਭ ਤੋਂ ਜ਼ਿਆਦਾ ਛਿੱਲੇਗਾ, ਉਹ ਹੋਏਗਾ ਇਸ ਗੇਮ ਦਾ ਵਿਨਰ। ਤਿਆਰ ਹੋ ਜੀ, ਤੇਰੀ ਆ ਜਾਓ ਫਿਰ, ਪਹਿਲਾਂ ਤੁਸੀਂ ਆਓ। ਚਲੋ ਦੇਖਦੇ ਹਾਂ ਤੁਹਾਡਾ ਟਾਈਮ ਐਂਡ ਸਟਾਰਟ। 5 ਸੈਕਿੰਡ ਹੋ ਗਏ, 10 ਸੈਕਿੰਡ ਹੋ ਗਏ, 15। ਓਕੇ ਸਟੋਪ, 2 ਅੰਡੇ। ਓਕੇ ਆਓ ਜੀ, ਤੁਸੀਂ ਆਓ ਭਾਜੀ, ਇਹ ਤੋਂ ਸ਼ੁਰੂ ਕਰੋ। ਸਟਾਰਟ, ਰੈਡੀ ਐਂਡ ਸਟਾਰਟ। ਚਲੋ ਜੀ, 10 ਐਂਡ ਸਟੋਪ, 1। ਸਰਦਾਰ ਜੀ, ਆਂਡੇ ਉਂਡੇ ਤਾਂ ਖਾਂਦੇ ਹੋਵੇ, ਹੈ? ਚਲੋ ਆਓ ਫਿਰ ਦੇਖਦੇ ਹਾਂ ਕਿੰਨੇ ਕੁ ਵਧੀਆ ਛੇਲਦੇ ਹੋ ਤੁਸੀਂ। ਐਂਡ ਸਟਾਰਟ, 5, 4, 3, 2, 1। ਕਿੰਨੇ ਆਂਡੇ ਛਿੱਲੇ ਬਾਈ ਨੇ? ਗਿਣੇ ਕਿਸੇ ਨੇ? 3, ਚੌਥਾ ਟੁੱਟ ਗਿਆ। ਮੈਨੂੰ ਲੱਗਦਾ ਹੀ ਇਜ਼ ਦਾ ਵਿਨਰ ਯਾਰ। ਵੈਰੀ ਗੁੱਡ ਗਾਇਸ,
ਤੇਰੀ ਕੀ ਨਾਂ ਹੈ ਤੁਹਾਡਾ ਦਮਨਪ੍ਰੀਤ ਸਿੰਘ ਜੀ ਦਮਨ ਕਿੱਥੋਂ ਆਇਓ ਮੈਂ ਲੁਧਿਆਣੇ ਸ਼ਹਿਰ ਦੇ ਹਾਂ ਇੱਥੋਂ ਦੇ ਹੋ ਹਾਂਜੀ ਬਿਲਕੁਲ ਕੀ ਬਾਤ ਹੈ ਦਮਨ ਤੁਹਾਡੀ ਵਾਰੀ ਅੰਦਰ ਆਉਣ ਵਾਲੀ ਹੈ ਬਿਲਕੁਲ ਜੀ ਬਿਲਕੁਲ ਹੈ ਹਾਂਜੀ ਹਾਂਜੀ ਬਿਲਕੁਲ ਚਲੋ ਫਿਰ ਇੱਕ ਕੰਮ ਕਰੋ ਮੁੰਡਿਓ ਤੁਸੀਂ ਤਿਆਰੀ ਖਿੱਚੋ ਤੁਹਾਡੀ ਵਾਰੀ ਆਉਣ ਵਾਲੀ ਹੈ ਤੇ ਵੈਸੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਨਾ ਆਂਡੇ ਖਾਣੇ ਸੀਗੇ ਤੇ ਮੈਂ ਕਿਹਾ ਯਾਰ ਆਪੇ ਕਾਹਨੂੰ ਛਿਲਨੇ ਚਲੋ ਤੁਹਾਡੇ ਤੋਂ ਥੋੜੀ ਜਿਹੀ ਮਿਹਨਤ ਕਰਾ ਲੈਣਾ ਆਲ ਦਾ ਵੈਰੀ ਬੈਸਟ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਹਾ ਆ ਵੀ ਗੱਲ ਕੀ ਬਾਤ ਹੈ ਤੇਰੀ ਫੋਟੋ ਬੜੀ ਸੋਹਣੀ ਹੈ ਯਾਰ ਥੈਂਕ ਯੂ ਸਰ ਫੌਜੀਆਂ ਵਾਲੀ ਸ਼ਰਟ ਪਾਈ ਆ ਤੂੰ ਹਾਂਜੀ ਸਰ ਸ਼ੌਕ ਆ ਤੈਨੂੰ ਫੌਜ ਜਾਣ ਦਾ ਨਹੀਂ ਸਰ ਸ਼ੌਕ ਨਹੀਂ ਉਦਾਂ ਮੈਂ ਮੋਟੀਵੇਟ ਹੁੰਦਾ ਜੀ ਫੌਜੀ ਦੇਖ ਕੇ ਅੱਛਾ ਚੱਲ ਭੰਗੜੇ ਦੇ ਵੀ ਦੋ ਸਟੈਪ ਆ ਦੇ ਫਟਾਫਟ ਉਹ ਬਸ ਮੇਰੇ ਸ਼ਿਰ ਤੇ ਕਿਆ ਬਾਤ ਹੈ ਮੁੰਡਿਆ ਭੰਗੜਾ ਤੇਰਾ ਕਮਾਲ ਹੈ ਹੈ ਤੇਰੀ ਫਿਜ਼ਿਕ ਵੀ ਕਮਾਲ ਹੈ ਅੱਛਾ ਕਿੰਨੇ ਪੁਸ਼ ਅਪਸ ਮਾਰ ਸਕਦਾ 50 ਮਾਰ ਦੂੰਗਾ ਜੀ ਚੱਲ 50 ਮਾਰ ਦੇ ਥੱਲੇ ਪੂਰੇ ਜਾਣੇ ਚਾਹੀਦੇ ਅੱਧੇ ਹੋਏ ਤੇ ਫਿਰ ਮੈਂ ਕਾਊਂਟ ਨਹੀਂ ਕਰਾਂਗਾ ਠੀਕ ਹੈ ਜੀ ਹਾਂ ਗੋ 3 ਥੋੜਾ ਹੋਰ ਥੱਲੇ 5 6 7 8 ਸੈਂਤੀ ਕਮਾਨ ਚੱਲ ਆ ਜਾ ਤੈਨੂੰ ਪਤਾ ਤੇਰੇ ਕੋਲ ਕਿਉਂ ਨਹੀਂ ਜ਼ਿਆਦਾ ਪੁਸ਼ਅਪ ਲੱਗੇ ਤੇਰੇ ਹੱਥ ਬਹੁਤ ਚੌੜੇ ਸੀ ਏਡੇ ਚੌੜੇ ਹੱਥ ਰੱਖ ਕੇ ਪੁਸ਼ਅਪਸ ਨਹੀਂ ਲੱਗਦੇ ਠੀਕ ਹੈ ਜਿੰਨੇ ਉਸ ਲਈ ਜਿੰਨੇ ਤੇਰੇ ਕੰਧੇ ਚੌੜੇ ਨੇ ਨਾ ਉਸ ਤੋਂ ਮੈਕਸਿਮਮ ਅੱਧਾ ਅੱਧਾ ਇੰਚ ਇੱਧਰ ਜਾਓ ਬਸ ਸਿਹਤ ਥੋੜੀ ਜਿਹੀ ਬਣਾ ਲਵੇ ਆ ਜਾ ਯਾਰ ਆ ਜਾ ਯਾਰ ਆ ਜਾ ਸਤਿ ਸ਼੍ਰੀ ਅਕਾਲ ਸਰ ਆ ਵੀ ਦਲੇਰ ਕੀ ਬਾਤ ਹੈ ਬਣਾਇਆ ਕੀ ਹੈ ਵੀ ਡੋਲੇ ਤੇ ਬਾਜ ਆ ਸਰ ਜੀ ਬਾਜ ਆ ਬਾਜ ਉਹ ਤੈਨੂੰ ਮੜਿਆ ਬਾਜ ਤਾਂ ਦਿਖਾ ਆ ਲੈ ਸ਼ਕਲ ਨਹੀਂ ਦੀਦੀ ਇਹਦੀ ਆਹਾ ਹਾ ਬਾਜ ਵੀ ਯਾਰ ਬੜਾ ਵੱਖਰੀ ਕਿਸਮ ਦਾ ਇਹਦੇ ਉੱਪਰ ਕੀ ਤਾਜ ਰੱਖਿਆ ਹੋਇਆ ਤਾਜ ਸਰ ਤਾਜ ਸਰ ਮੇਰੇ ਡੈਡੀ ਦਾ ਨਾਮ ਸੀਗਾ ਬਾਜ ਸਿੰਘ ਤੇ ਉਹ ਪੱਗ ਬੰਨਦੇ ਸੀਗੇ ਤੇ ਤਾਜ ਹੀ ਹੋ ਗਿਆ ਪੱਗ ਵੀ ਇੱਕ ਹਿਸਾਬ ਦੀ ਤੇ ਮੈਂ ਵੀ ਜਦੋਂ ਬਾਜ ਬਣਵਾਇਆ ਮੈਂ ਕਰਾਊਨ ਬਣਾਉਣੀ ਹੈ ਜੋ ਮਰਜ਼ੀ ਹੋ ਜਾਵੇ ਅੱਛਾ ਹੋਰ ਕੀ ਕਰਕੇ ਦਿਖਾਏਗਾ ਚੱਲ ਵਧੀਆ ਜਿਹਾ ਕੁਝ ਕਰਕੇ ਦਿਖਾ ਦੇ ਲੈ ਜੀਏ ਤੈਨੂੰ ਸਰ ਮੈਂ ਭੰਗੜਾ ਹੀ ਪਾ ਲੈਣਾ ਮੈਂ 2 ਸਾਲ ਭੰਗੜਾ ਪਾਇਆ ਯੂਥ ਫੈਸਟੀਵਲ 'ਚ ਮੈਂ ਬੋਲੀਆਂ ਹੀ ਪਾ ਲੈਣਾ ਹਾਂਜੀ ਸਰ ਹੋਰ ਤੇ ਹੋਰ ਮੈਂ ਐਕਟਿੰਗ ਅਜ਼ਰ ਮੈਂ ਕਦੀ ਕੀਤੀ ਨਹੀਂ ਜੇ ਤੁਸੀਂ ਕਹੋ ਤਾਂ ਇੱਕ ਅੱਧਾ ਡਾਇਲੋਗ ਬੋਲ ਕੇ ਦਿਖਾ ਦਾਂਗੇ ਚੁੱਪ ਖਾ ਉਹ ਗੱਲ ਸੁਣੋ ਜੱਸਿਆ ਜਦੋਂ ਕਤਲ ਦਾ ਕੇਸ ਪੈਂਦਾ ਹੈ ਨਾ ਫਾਂਸੀ ਸਿਰਫ ਜੱਟ ਨੂੰ ਨਹੀਂ ਨਾਲ ਜ਼ਮੀਨ ਨੂੰ ਵੀ ਹੁੰਦੀ ਆ ਤੇ ਫਿਰ ਦੋਵਾਂ 'ਚੋਂ ਰਿਹਾ ਵੀ ਇੱਕ ਹੀ ਹੁੰਦਾ ਜਾਂ ਜ਼ਮੀਨ ਤੇ ਜਾਂ ਜੱਟ ਵਧੀਆ ਜੀ ਉਹ ਇੰਨੇ ਕੁ ਜੀ ਪਤਾ ਲੱਗ ਜਾਂਦਾ ਬੰਦੇ ਦਾ ਕਰਨਾ ਹੋਰ ਇਹਦੇ ਤੋਂ ਕੀ ਆਪਾਂ ਜ਼ਬਰਾ ਸਵਾਲ ਕਢਾਉਣੇ ਤੇਰਾ ਅੱਛਾ ਹੈ ਬੱਚੇ ਲੇਕਿਨ ਥੋੜਾ ਨਾ ਆਪਣੀ ਫਿਜ਼ਿਕ ਤੇ ਮਿਹਨਤ ਕਰ ਸਹੀ ਕਰਾਂ ਮੈਨੂੰ ਠੀਕ ਲੱਗ ਰਿਹਾ ਜੀ ਮੁੰਡਾ ਠੀਕ ਹੈ ਜੀ ਅੱਗੇ ਲੈ ਇੱਕ ਬੋਲੀ ਵੀ ਪਾ ਚੱਲ ਇੱਕ ਬੋਲੀ ਸੁਣਾ ਦੇ ਫਿਰ ਤੈਨੂੰ ਭੇਜ ਦੀ ਅੱਗੇ ਵਧੀਆ ਸੁਣਾਈ ਹੋਣਾ ਵਧੀਆ ਜੀ ਮਲਵਈ ਮੜਾ ਸਾਹਿਬ ਦਿਓ ਜੀ ਰੌਣਕ ਲਾ ਦਾਂਗੇ ਆਮ ਆ ਗਿਆ ਰੌਣਕ ਹੋ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਮਾਰੀ ਬਈ ਉਸ ਪਿੰਡ ਚੋਂ ਲੰਘਦੀ ਸੀ ਇੱਕ ਬੱਲੇ ਬੱਲੇ ਉਸ ਪਿੰਡ ਚੋਂ ਲੰਘਦੀ ਸੀ ਇੱਕ ਰੋਡਵੇਜ ਦੀ ਲਾਰੀ ਬਈ ਉਰਲੇ ਪਿੰਡੋਂ ਚੜਦਾ ਸੀ ਉਹ ਉਰਲੇ ਪਿੰਡੋਂ ਚੜਦਾ ਸੀ ਉਹ ਪਰਲੇ ਪਿੰਡੋਂ ਕੁਵਾਰੀ ਬਈ ਮੁੰਡੇ ਨੇ ਫਿਰ ਪੜ੍ਹਨਾ ਕੀ ਸੀ ਉਹ ਮੁੰਡੇ ਨੇ ਫਿਰ ਪੜ੍ਹਨਾ ਕੀ ਸੀ ਲੱਗ ਗਈ ਇਸ਼ਕ ਖਮਾਰੀ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਫੇਲ ਕਰਾਤਾ ਨੀ ਬਲਦੇਵ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਮੋਗਾ ਤੋਂ ਜੀ ਮੋਗਾ ਹਾਂਜੀ ਯਾਰ ਤੇਰੀ ਬੋਡੀ ਬੜੀ ਅੱਛੀ ਹੈ ਪਿਕਚਰ ਦੇ ਵਿੱਚ ਹੈਗੀ ਆ ਹੁਣ ਵੀ ਇੱਦਾਂ ਹਾਂਜੀ ਹੈ ਹਾਂਜੀ ਦਿਖਾ ਫਿਰ ਜਲਵਾ ਮੜਾ ਯਾਰ ਆਓ ਜੀ ਨੈਕਸਟ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਸ਼ੌਕ ਰੱਖਦੇ ਹੋ ਤੁਸੀਂ ਸਰ ਸ਼ੌਕ ਮੈਨੂੰ ਥੀਏਟਰ ਦਾ ਸ਼ੌਕ ਹੈ ਜੀ ਜੋ ਤੂੰ ਬੋਲਣਾ ਚਾਹੁੰਦਾ ਸੁਣਾ ਦੇ ਮੈਂ ਇੱਕ ਆਮ ਆਦਮੀ ਹਾਂ ਇੱਕ ਖਾਸ ਬੰਦੇ ਦੇ ਨੜੋਏ ਵਿੱਚ ਸ਼ਾਮਲ ਹੋਣ ਲਈ ਕਾਰਾਂ ਦੇ ਕਾਫਲੇ ਵਿੱਚ ਪੈਦਲ ਤੁਰਦਾ ਅੱਗ ਵਰਗੀ ਸੜਕ ਨੂੰ ਬਰਫ਼ ਵਰਗੇ ਅਹਿਸਾਸਾਂ ਨਾਲ ਮਿੱਧਦਾ ਸੋਚਾਂ ਦੀਆਂ ਧੂੜਾਂ ਫੱਕਦਾ ਆਪਣੇ ਹੀ ਸ਼ਹਿਰ ਵਿੱਚ ਅਜਨਬੀ ਹਾਂ ਮੇਰੀ ਜ਼ਿੰਦਗੀ ਨਾਈਸ ਨਾਈਸ ਵੈਰੀ ਨਾਈਸ ਵੈਰੀ ਨਾਈਸ ਬਹੁਤ ਅੱਛਾ ਕੀਤਾ ਤੁਸੀਂ ਵਧੀਆ ਮੈਨੂੰ ਲੱਗਦਾ ਵੇਟਿੰਗ 'ਚ ਰੱਖ ਵੇਟਿੰਗ ਤੇ ਭਾਅ ਜੀ ਤੁਸੀਂ ਅੱਛੇ ਹੋ
ਥੋੜ੍ਹਾ ਜਿਹਾ ਸਾਨੂੰ ਸ਼ੰਕਾ ਹੈਗੀ ਹੈ ਤੁਹਾਨੂੰ ਲੈ ਕੇ, ਉਹ ਸ਼ੰਕਾ ਦਾ ਨਿਵਾਰਨ ਅਸੀਂ ਜਦ ਸਾਰੇ ਮੁੱਕ ਜਾਣਗੇ ਨਾ, ਜੋ ਤੁਹਾਡਾ ਹੁਕਮ ਅਸੀਂ ਫਿਰ ਰੱਖਾਂਗੇ। ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਅਗਰ ਮੈਂ ਕੋਈ ਟਾਸਕ ਐਸਾ ਦਿਆਂ ਕਿਸੇ ਹੋਰ ਮੁੰਡੇ ਦੇ ਨਾਲ, ਹਾਂਜੀ, ਤੁਸੀਂ ਜਿੱਤ ਜਾਓਗੇ? ਬਿਲਕੁਲ, ਓਬਵੀਅਸਲੀ ਸਰ। ਮੈਂ ਤੁਹਾਨੂੰ ਸਿਰਫ ਇਸੇ ਗੱਲ ਦੇ ਉੱਤੇ ਆਪਣੇ ਵੱਲੋਂ 50-50 'ਚ ਪਾ ਰਿਹਾ ਵਾਂ ਵੇਟਿੰਗ ਲਿਸਟ 'ਚ। ਮਾਸਟਰ ਜੀ, ਮਾਸਟਰ ਜੀ, ਮਾਂ ਜੀ ਤੁਹਾਨੂੰ ਇੱਕ ਸਵਾਲ ਪੁੱਛਣਾ। ਮਾਸਟਰ ਕਹਿੰਦਾ ਹਾਂ ਹਾਂ ਬਈ ਪੁੱਛ ਪੁੱਛ, ਕੀ ਪੁੱਛਣਾ? ਮਾਸਟਰ ਜੀ, ਆਪਾਂ ਜੀ ਹਾਥੀ ਨੂੰ ਫਰਿੱਜ 'ਚ ਕਿੱਦਾਂ ਬੰਦ ਕਰਾਂਗੇ? ਮਾਸਟਰ ਕਹਿੰਦਾ ਵੀ ਵੀ ਬੇਵਕੂਫਾਂ, ਤੂੰ ਹਾਥੀ ਕਿੱਥੋਂ ਫਰਿੱਜ ਬੰਦ ਹੋ ਜੂਗਾ? ਯਾਰ ਮੇਰੀ ਗੱਲ ਆ, ਤੂੰ ਸੋਚਦਾ ਕਿ ਤੂੰ ਮਿਸਟਰ ਪੰਜਾਬ ਬਣਨ ਦੇ ਲਾਇਕ ਆ? ਅਗਰ ਤੂੰ ਮਿਸਟਰ ਪੰਜਾਬ ਬਣ ਗਿਆ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰੇਂਗਾ ਉੱਥੇ? ਚਲੋ ਬਾਈ, ਤੂੰ ਥੋੜ੍ਹਾ ਵੇਟ ਕਰ, ਫਿਰ ਤੈਨੂੰ 50-50 'ਚ ਰੱਖਾਂਗੇ। ਹਾਂ, ਇੱਦਾਂ ਕਰ ਲਓ। ਇਹਨੂੰ ਕੀ ਜਾਣਦਾ ਬਈ ਪੰਜਾਬ ਬਾਰੇ? ਸਰ, ਪੰਜਾਬ ਆਪਣਾ ਬਹੁਤ ਸੋਹਣਾ ਦੇਸ਼ ਹੈ, ਜਿਹਨੂੰ ਬਹੁਤ ਆਪਣੀ ਬਹਾਦਰੀ ਕਾਰਨ, ਸ਼ਹੀਦਾਂ ਕਾਰਨ, ਆਪਣੇ ਕਲਚਰ ਕਾਰਨ, ਖਾਣ ਪੀਣ ਕਾਰਨ ਸਾਰੇ ਦੁਨੀਆ 'ਚ ਫੇਮਸ ਹੈ। ਮੈਂ ਪਤਾ ਕੀ ਚਾਹੁੰਦਾ, ਮੁੰਡੇ ਨੂੰ ਵੇਟਿੰਗ 'ਚ ਰੱਖ ਲਵਾਂ। ਹਾਂ, ਵੇਟਿੰਗ ਹੀ ਜਾ ਤੂੰ। ਬਾਪੂ, ਉਹ ਬਾਪੂ ਆ ਗਿਆ ਤੇਰਾ ਪੁੱਤ ਘਰ। ਤੂੰ ਕਹਿੰਦਾ ਸੀ ਨਾ ਕੱਖ ਨਹੀਂ ਕਮਾਉਣਾ, ਦੇਖ ਲਿਆਇਆ 2 ਲੱਖ ਰੁਪਇਆ, ਉਹ ਵੀ ਆਪ ਦੇ ਦਮ ਤੇ। ਇਹ ਐਕਟ ਹੈ ਨਾ, ਇਹ ਤੇਰਾ ਰੱਟੇ ਵਾਲਾ। ਇੱਕ ਵਾਰੀ ਫਿਰ ਬੁਲਾਵਾਂਗੇ। ਕਿਹੜੀ ਹੈ ਤੂੰ ਸੈਗ ਤੋੜਦੀ, ਹੱਥ ਸੋਚ ਕੇ ਗੰਦਲੀ ਨੂੰ ਪਾਈ, ਕਿਹੜੀ ਹੈ ਤੂੰ ਸੈਗ ਤੋੜਦੀ? ਤੂੰ ਥੋੜ੍ਹੀ ਵੇਟ ਕਰ। ਮੈਡਮ, ਯੂ ਥਿੰਕ ਯੂ ਆਰ ਏ ਪਟੋਲਾ, ਉਹ ਜਾ ਕੇ ਮੂੰਹ ਤੋਲਾ। ਪਰ ਹੁਣ ਤੈਨੂੰ ਵੇਟਿੰਗ 'ਚ ਪਾਉਣੇ, ਇਹਨਾਂ ਗੱਲਾਂ ਕਰਕੇ ਦੁਬਾਰੇ ਆਈ ਇੱਕ ਵਾਰੀ। ਚੱਲ ਵੇਟਿੰਗ 'ਚ ਬੁਲਾਵਾਂਗੇ ਦੁਬਾਰਾ। ਦੋਸਤੋ, ਲੁਧਿਆਣੇ ਦੇ ਗੱਭਰੂ ਆਪਣੇ ਜੋਸ਼, ਜਨੂੰਨ ਅਤੇ ਪੈਸ਼ਨ ਦੇ ਨਾਲ ਪੰਜਾਬੀਆਂ ਦੇ ਇਸ ਨਾਰੇ ਨੂੰ ਸਹੀ ਸਾਬਤ ਕਰ ਰਹੇ ਨੇ ਕਿ ਹਰ ਗੱਭਰੂ ਦਾ ਇੱਕੋ ਖੁਆਬ, ਮੈਂ ਬਣਾ ਮਿਸਟਰ ਪੰਜਾਬ। ਲੁਧਿਆਣੇ ਦੇ ਆਡੀਸ਼ਨ ਇਸੀ ਤਰ੍ਹਾਂ ਚੱਲਦੇ ਰਹਿਣਗੇ, ਤੁਸੀਂ ਕਿਤੇ ਨਾ ਜਾਇਓ, ਆਪਾਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਨੀਅਰ, ਜਦੋਂ ਆਪਾਂ ਇੱਕ ਵਾਰੀ ਡਿਸੀਜਨ ਲੈ ਲਏ ਤਾਂ ਫਿਰ ਉਹ ਧੋਖਾ ਤੋਂ ਮੁੱਕਰ ਸਕਦੇ ਆ? ਨਹੀਂ, ਪਰ ਮੈਂ ਤਾਂ ਲਿਆ ਨਹੀਂ ਸੀ ਹਲੇ, ਮੈਂ ਤੁਹਾਨੂੰ ਆਪਣਾ ਦੱਸਿਆ, ਉਹ ਦੂਜਿਆਂ ਨੂੰ 2 ਡੰਡ ਘੱਟ ਮਾਰੇ ਆ। ਬਟ ਪਰ ਦੇਖੋ, ਮੈਂ ਤਾਂ ਜੋ ਤੁਹਾਨੂੰ ਕਹਿਣਾ ਸੀ ਕਿਹਾ, ਬਾਕੀ ਉਹ ਤੁਹਾਡੀ ਡਿਸੀਜਨ ਹੈ ਯਾਰ। ਬਾਰ-ਬਾਰ ਡਿਸੀਜਨ ਗਰੇਵਾਲ ਸਾਹਿਬ ਚੇਂਜ ਕਰੋਗੇ ਤਾਂ ਕਿਸ ਤਰ੍ਹਾਂ ਰਹੇਗਾ? ਇੰਨਾ ਲੰਬਾ ਚੌੜਾ ਮੁੰਡਾ ਹੈ, 20 ਡੰਡ ਮਾਰ ਕੇ ਬਹਿ ਗਿਆ ਬਸ। ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਗੱਭਰੂਆਂ ਦੇ ਇਸ ਮਹਾਂਮੁਕਾਬਲੇ ਵਿੱਚ, ਜਿਸ ਦਾ ਨਾਮ ਹੈ ਮਿਸਟਰ ਪੰਜਾਬ 2016, ਕੋ ਪ੍ਰੈਜੈਂਟਡ ਬਾਏ ਕੋਲਗੇਟ ਸੁਪਰ ਫਲੈਕਸੀ ਐਂਡ ਪਾਵਰਡ ਬਾਏ ਪਤੰਜਲੀ ਚਵਨਪ੍ਰਾਸ਼। ਦੋਸਤੋ, ਦਿਨ ਟਲਦਾ ਜਾ ਰਿਹਾ ਹੈ, ਪਰ ਲੁਧਿਆਣੇ ਦੇ ਗੱਭਰੂਆਂ ਦਾ ਹੌਸਲਾ ਹਾਲੇ ਵੀ ਬਰਕਰਾਰ ਹੈ, ਬਿਲਕੁਲ ਨਹੀਂ ਟਲ ਰਿਹਾ, ਔਰ ਇਹਨਾਂ ਦਾ ਜੋਸ਼ ਅਤੇ ਜਜ਼ਬਾ ਹਾਲੇ ਠਾਠਾ ਮਾਰ ਰਿਹਾ ਕਿ ਕਦੋਂ ਸਾਡੀ ਵਾਰੀ ਆਏਗੀ ਅਤੇ ਅਸੀਂ ਜੱਜ ਦੇ ਸਾਹਮਣੇ ਜਾ ਕੇ ਆਪਣਾ ਟੈਲੈਂਟ ਦਿਖਾ ਪਾਵਾਂਗੇ। ਹਾਲੇ ਬਹੁਤ ਸਾਰੇ ਗੱਭਰੂਆਂ ਦੀ ਵਾਰੀ ਆਣੀ ਬਾਕੀ ਹੈ। ਇਹ ਕੰਮ ਕਰਦੇ ਹਾਂ, ਆਪਾਂ ਅੰਦਰ ਚੱਲਦੇ ਹਾਂ ਅਤੇ ਦੇਖਦੇ ਹਾਂ ਕਿ ਜੱਜਿਸ ਦੇ ਸਾਹਮਣੇ ਆਪਣੇ ਟੈਲੈਂਟ ਨੂੰ ਕਿਸ ਤਰ੍ਹਾਂ ਦਿਖਾ ਰਹੇ ਨੇ। ਯੋਗੇਸ਼ ਗੁਰਨਾ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਮੈਂ ਯੋਗੇਸ਼ ਗੁਰਨਾ ਪਹੁੰਚ ਚੁੱਕਿਆ ਜੀ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਲੁਧਿਆਣਾ ਦੀ ਧਰਤੀ 'ਤੇ ਆਡੀਸ਼ਨ ਦੇਣ ਦੇ ਲਈ। ਲੋ ਜੀ, ਗੱਭਰੂਆਂ ਦਾ ਆਡੀਸ਼ਨ ਲਗਾਤਾਰ ਜਾਰੀ ਹੈ, ਦੇਖਦੇ ਹਾਂ ਜੀ ਜੱਜਿਸ ਦੀ ਕਸੌਟੀ 'ਤੇ ਕਿਹੜਾ ਗੱਭਰੂ ਹੈ ਜਿਹੜਾ ਉਹ ਖਰਾ ਉਤਰੂਗਾ। ਲਓ ਜੀ, ਮੈਂ ਆਰ ਜੇ ਯੋਗੇਸ਼ ਗੁਰਨਾ ਵੀ ਪਹੁੰਚ ਚੁੱਕਿਆ ਜੀ ਜੱਜਾਂ ਦੀ ਕਸੌਟੀ 'ਤੇ ਖਰਾ ਉਤਰਨ ਲਈ। ਦੇਖਦਾ ਕਿ ਮੈਂ ਹੁਣ ਇਹ ਜੱਜਿਸ ਦਾ ਦਰਿਆ ਪਾਰ ਕਰ ਸਕਦਾ ਜਾਂ ਨਹੀਂ। ਸਤਿ ਸ਼੍ਰੀ ਅਕਾਲ ਜੱਜਿਸ, ਓਵਰ ਟੂ ਜੱਜਿਸ। ਮੈਨੂੰ ਲੱਗਿਆ ਸ਼ਾਇਦ ਨਾਵ ਅੰਦਰ ਆ ਗਿਆ। ਅੱਛਾ, ਅੱਜ ਤਾਂ ਹੁਣ ਚੁੱਪੀ ਆ, ਤੁਸੀਂ ਬੋਲੀ ਚੱਲ, ਜੋ ਬੋਲਣਾ ਜੋ ਤੁਸੀਂ ਹੁਕਮ ਕਰੋ ਜੀ। ਨਹੀਂ, ਅਸੀਂ ਕੁਛ ਨਹੀਂ ਬੋਲਣਾ, ਤੂੰ ਬੋਲ ਬੋਲ। ਅਤੇ ਇੱਕ ਸ਼ੋਅ ਦੀ ਪ੍ਰੈਜੈਂਟੇਸ਼ਨ, PTC ਪੰਜਾਬੀ ਦੇਖ ਰਹੇ ਹੋ ਸਾਰੇ, ਤੁਸੀਂ ਯੋਗੇਸ਼ ਗੁਰਨਾ ਦੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕਿਆ ਜੀ ਵਿਰਸਾ ਪੰਜਾਬ ਦਾ। ਅਤੇ ਤੁਸੀਂ ਸਾਰੇ ਜਾਣਦੇ ਹੋ ਜੀ, ਇਸ ਪ੍ਰੋਗਰਾਮ ਦੇ ਵਿੱਚ ਮੈਂ ਹਮੇਸ਼ਾ ਗੱਲ ਕਰਦਾ ਜੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ। ਅਤੇ ਦੋਸਤੋ, ਅੱਜ ਆਪਾਂ ਗੱਲ ਕਰਨੀ ਹੈ ਜੀ ਪੰਜਾਬੀਆਂ ਦੇ ਵਿਸ਼ਵ ਪ੍ਰਸਿੱਧ ਲੋਕ ਨਾਚ ਭੰਗੜੇ ਦੀ। ਅਤੇ ਦੋਸਤੋ, ਭੰਗੜੇ ਦੀ ਗੱਲ ਹੁੰਦੀ ਹੋਵੇ ਅਤੇ ਭੰਗੜੇ ਦੀ ਬੋਲੀ ਨਾ ਪਵੇ, ਇਹ ਤਾਂ ਹੋ ਹੀ ਨਹੀਂ ਸਕਦਾ ਜੀ। ਮੈਂ ਆਰ ਜੇ ਯੋਗੇਸ਼ ਗੁਰਨਾ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਲੱਗਿਆ ਜੀ ਭੰਗੜੀ ਤੋਂ, ਭੰਗੜੇ ਦੀ ਬੋਲੀ ਤੋਂ, ਕਿ ਜਦੋਂ ਜੋਸ਼ ਜਵਾਨੀ ਨੇ ਛੱਲ ਮਾਰੀ, ਉਹ ਸਾਡਾ ਚਾਦਰੇ ਸਵਾਉਣ ਨੂੰ ਜੀ ਕਰਿਆ, ਸੱਪ ਖੁੰਡੇ 'ਤੇ ਕਾਟਵਾ ਨੂੰ ਤੇਲ ਲਾ ਕੇ ਧੁੱਪ ਵਾਂਗ ਲਿਸ਼ਕਾਉਣ ਨੂੰ ਜੀ ਕਰਿਆ, ਸਾਡੇ ਢੋਲ ਨੂੰ ਸਾਰਾ ਹੀ ਜੱਗ ਜਾਣੇ ਪਰ ਭਰ ਖੜਕਾਉਣ ਨੂੰ ਜੀ ਕਰਿਆ, ਉਹ ਅਸੀਂ ਕਿਵੇਂ ਆ ਪੰਜਾਬ 'ਚ ਰਾਜ ਕਰਦੇ, ਮਿਸਟਰ ਪੰਜਾਬ 'ਚ ਦਿਖਾਉਣ ਨੂੰ ਜੀ ਕਰਿਆ, ਮਿਸਟਰ ਪੰਜਾਬ 'ਚ ਦਿਖਾਉਣ ਨੂੰ ਜੀ ਕਰਿਆ। ਲਓ ਜੀ, ਸ਼ੁਰੂਆਤ ਕਰਦੇ ਹਾਂ ਪਿਆਰਾ ਜੇ ਭੰਗੜੇ ਟਰੈਕ ਤੋਂ। ਇਸ ਕਰ ਯਾਰ, ਬਹੁਤ ਅੱਛਾ, ਵੈਰੀ ਨਾਈਸ, ਵੈਰੀ ਗੁੱਡ ਟੈਲੈਂਟ। ਚਲੋ, ਇਹ ਤਾਂ ਮੈਨੂੰ ਵਧੀਆ ਲੱਗਿਆ, ਆਈ ਲਾਈਕ ਦਿਸ ਟੈਲੈਂਟ। ਚਲੋ, ਇਹ ਤਾਂ ਇਹਨਾਂ ਦਾ ਹੁਣ ਹਿੱਸਾ ਹੈ, ਇਸ ਤੋਂ ਇਲਾਵਾ ਹੋਰ ਵੀ ਕੁਝ ਸ਼ੌਕ? ਹਾਂ, ਹੁਣ ਤੇਰੇ ਕੰਫਰਟ ਜ਼ੋਨ ਤੋਂ ਤੈਨੂੰ ਬਾਹਰ ਕੱਢਨੇ ਆ ਸੀ, ਹੁਣ ਤੱਕ ਤਾਂ ਤੂੰ ਬੁੜਕਾ ਮਾਰ ਰਿਹਾ ਸੀ, ਹੁਣ ਤੇਰੀ ਬੜਕ ਤੋਂ ਬਾਹਰ ਲੈ ਕੇ ਆਉਂਦੇ ਤੈਨੂੰ। ਮੈਂ ਹੁਣੇ ਰੀਸੈਂਟਲੀ ਪੰਜਾਬੀ ਫਿਲਮ 'ਚ ਕੰਮ ਕੀਤਾ ਜੀ, ਦੁੱਲਾ ਭੱਟੀ ਆਈ ਸੀ, ਉਹਦੇ ਵਿੱਚ ਮੇਰਾ 10 ਤੋਂ 15 ਮਿੰਟ ਦਾ ਰੋਲ ਹੈਗਾ ਸਰਦਾਰ ਸੋਹੀ ਸਾਹਿਬ ਦੇ ਨਾਲ, ਅਤੇ ਹੁਣੇ ਹੁਣੇ ਦੰਗਲ ਆ ਰਹੀ ਆਮਿਰ ਖਾਨ ਸਾਹਿਬ ਦੀ,
ਦੋ ਕੁ ਸੀਨ ਕਰਨ ਦਾ ਮੌਕਾ ਉਹਨਾਂ ਦੇ ਨਾਲ ਵੀ ਮਿਲਿਆ, ਉਹਨਾਂ ਦੇ ਨਾਲ ਪ੍ਰੋਫਾਈਲ ਸ਼ੋਟ, ਡਾਇਲੋਗ ਨਹੀਂ ਸੀ ਬਟ ਪ੍ਰੋਫਾਈਲ ਸ਼ੋਟ ਕਰਨ ਦਾ ਮੌਕਾ ਮਿਲਿਆ ਉਹਨਾਂ ਦੇ ਨਾਲ। ਅਤੇ ਰੀਸੈਂਟਲੀ ਚੜ੍ਹਦੀ ਕਲਾ ਟਾਈਮ ਟੀ ਵੀ ਇੱਕ ਸੀਰੀਅਲ ਸ਼ੁਰੂ ਕਰ ਰਿਹਾ ਜੀ, ਮੈਂ 3 ਐਪੀਸੋਡ ਉਹਨਾਂ ਨਾਲ ਕੰਪਲੀਟ ਕਰ ਚੁੱਕਿਆ ਅਤੇ ਔਨਅਰ ਹੋ ਚੁੱਕਿਆ ਅਤੇ ਨੈਕਸਟ ਵੀਕ ਤੋਂ ਮੇਰੇ ਐਪੀਸੋਡ ਵੀ ਔਨਅਰ ਹੋ ਜਾਣੇ। ਫਿਰ ਤਾਂ ਕਲਾ ਖੇਤਰ 'ਚ ਤਾਂ ਇੰਨੇ ਮੱਲਾਂ ਮਾਰੀਆਂ ਹੋਈਆਂ ਸਰ, ਫਿਰ ਤਾਂ ਤੂੰ ਆਲਰੇਡੀ ਇੰਨਾ ਕੁਛ ਕੀਤਾ, ਤੂੰ ਮਿਸਟਰ ਪੰਜਾਬ ਬਣ ਕੇ ਕੀ ਕਰ ਸਰ? ਐਕਚੁਲੀ ਮੈਨੂੰ ਇੱਕ ਪ੍ਰੋਪਰ ਪਲੇਟਫਾਰਮ ਮਿਲ ਜੂਗਾ, ਮੇਰੇ ਇੱਕ ਟੈਲੈਂਟ ਨੂੰ ਇੱਕ ਵੇ ਮਿਲ ਜੂਗਾ, ਮੈਨੂੰ ਲੱਗਦਾ ਕਿ ਮੈਂ ਹੋਰ ਨਿਖਾਰ ਸਕਦਾ ਕਿਉਂਕਿ ਹਰ ਬੰਦਾ ਸਰਵ ਗੁਣ ਸੰਪੰਨ ਨਹੀਂ ਹੁੰਦਾ ਜੀ। ਕਿੱਥੇ ਰਹਿੰਦੇ ਤੁਸੀਂ? ਮੇਰਾ ਪਿੰਡ ਹੈਗਾ ਜੀ ਰਾਮਪੁਰ ਸਾਹੀਵਾਲ ਸਰਹੰਦ ਦੇ ਲਾਗੇ। ਦੇਖ ਲਓ ਜੀ ਮੇਰੇ ਵੱਲੋਂ ਓਕੇ। ਠੀਕ ਹੈ ਜੀ ਮੈਨੂੰ ਭਾਅ ਜੀ ਕੋਈ ਚਲਾਣੀ ਜੀ ਬੰਦੂਕ? ਮੈਂ ਤਾਂ ਇਹ ਦੇਖ ਰਿਹਾ ਕਿ ਬੰਦਾ ਇਹ ਆਪਣੇ ਘਰੇ ਵੀ ਐਂ ਬੋਲਦਾ ਹੋਣਾ। ਸਰ ਆਰ ਜੇ ਦਾ ਕੰਮ ਹੀ ਇਹੀ ਹੈ ਜੀ, ਬੋਲ ਬੋਲ ਥੱਕ ਜਾਂਦੇ ਹਾਂ। ਆ ਜਾ ਆ ਜਾ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਰਮਨਦੀਪ ਸਿੰਘ ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬੜਾ ਖੁਸ਼ ਹਾਂ ਰਮਨ, ਫਿਰ ਮਿਲ ਗਏ ਨਾ ਆਪਾਂ? ਫਿਰ ਮਿਲ ਕੇ ਦਿਖਾ ਫਿਰ ਕਰਕੇ ਕੁਛ ਕੀ ਦਿਖਾਏਗਾ। ਐਕਟਿੰਗ ਐਕਟ ਕਰਨਾ ਸੀ। ਹਾਂ ਫਿਰ ਸੁਣਾ ਕੀ ਕਹਿੰਦੀ ਤੇਰੀ ਵਾਲੀ? ਮੇਰੀ ਵਾਲੀ ਕਹਿੰਦੀ ਲੀੜੇ ਤੇਰੇ ਪਾਟੇ ਆ, ਜੇਬ 'ਚ ਤੇਰੇ 60 ਰੁਪਈਏ, ਤੂੰ ਮੈਨੂੰ ਕੀ ਖੁਸ਼ ਰੱਖੇਗਾ? ਮੈਂ ਕਿਹਾ ਕੰਮ ਲਈਏ, ਭਾਵੇਂ ਲੀੜੇ ਸਾਡੇ ਪਾਟੇ ਆ, ਜਿਨ੍ਹਾਂ ਕੋਲ ਲੱਖਾਂ ਨੇ ਉਹ ਕਿਹੜਾ ਖੁਸ਼ੀਆਂ ਮੁੱਲ ਲੈ ਲੈਂਦੇ ਆ। ਗੱਲਾਂ ਬੜੀਆਂ ਮਿੱਠੀਆਂ ਕਰਦਾ ਤੂੰ। ਮੈਂ ਕਿਹਾ ਮਾਂ ਕਹਿੰਦੀ ਸੀ ਜਦੋਂ ਮੈਂ ਪੈਦਾ ਹੋਇਆ ਸੀ ਨਾ, ਲੱਡੂ ਬੜੇ ਖੁਆਏ, ਲੱਡੂ ਤਾਂ ਲੋਕ ਖਾ ਗਏ, ਮਿਠਾਸ ਮੇਰੇ ਭਰ ਗਏ। ਕਿਆ ਬਾਤ ਹੈ, ਵੈਰੀ ਨਾਈਸ। ਮੈਂ ਮੁੰਡਾ ਸਟਾਈਲ ਦਾ ਤੇਰਾ ਪ੍ਰੋਪਰ ਹੈਗਾ, ਵੈਰੀ ਨਾਈਸ, ਵੈਰੀ ਥੋੜੀ ਜਿਹੀ ਸਟਾਈਲ ਹੈਗਾ ਤੇਰਾ ਆਪਣੇ ਆਪ ਨੂੰ ਹੈ ਨਾ। ਇੱਕ ਚੀਜ਼ ਮੈਨੂੰ ਬੈਟਰ ਲੱਗੀ ਮਿਸਟਰ ਪੰਜਾਬ ਨਾਲੋਂ, ਮੈਂ ਇੱਥੋਂ ਰਿਜੈਕਟ ਤਾਂ ਹੋ ਗਿਆ, ਬੜੇ ਨੇ ਮੈਨੂੰ ਇੰਨਾ ਕੌਨਫੀਡੈਂਸ ਦਿੱਤਾ ਨਾ ਕਿ ਮੈਨੂੰ ਇਹਨੇ 2-3 ਪਲੇਟਫਾਰਮ ਇੱਦਾਂ ਦਿੱਤੇ ਮਾਡਲਿੰਗ ਦੇ, ਜਿਹੜੇ ਅੱਜ ਕਿ ਮੈਂ ਕਹਿ ਸਕਦਾ ਕਿ ਮੇਰਾ ਨਾਂ ਆਰ ਡੀ ਸਿੰਘ ਵੱਜਦਾ ਲੁਧਿਆਣੇ 'ਚ। ਆਰ ਡੀ ਸਿੰਘ ਵੱਜਦਾ? ਅੱਛਾ, ਆਰ ਡੀ ਸਿੰਘ ਅਤੇ ਮਿਸਟਰ ਪੰਜਾਬ ਕਰਕੇ। ਅੱਛਾ ਅੱਛਾ, ਆਰ ਡੀ ਹੁਣ ਤੈਨੂੰ ਭੰਗੜਾ ਪਾਉਣਾ ਹੁੰਦਾ? ਜੀ ਜ਼ਰੂਰ। ਜਾਂ ਪਾਗ ਦਿਖਾ ਫਿਰ ਫਟਾਫਟ। ਰਮਨਦੀਪ ਸਿੰਘ ਬੈਕ, ਮੈਂ ਆਊਂਗਾ ਜ਼ਰੂਰ ਔਰ ਮਿਸਟਰ ਪੰਜਾਬ ਲੈ ਕੇ ਜਾਊਂਗਾ। ਤੇਰੀ ਛਾ ਗਏ। ਥੈਂਕ ਯੂ ਭਾਈ, ਮਿਲ ਗਿਆ ਐਤਕੀ? ਹਾਂਜੀ ਹਾਂਜੀ ਹਾਂਜੀ। ਕੀ ਪੁੱਛਿਆ ਕੀ ਉਹਨਾਂ ਨੇ ਮੇਰੇ ਤੋਂ? ਇੱਕ ਤਾਂ ਐਕਟ ਕਰਾਇਆ ਤੇ ਦੂਜਾ ਕੌਨਫੀਡੈਂਸ ਉਹਨਾਂ ਮੇਰਾ ਬਹੁਤ ਪਸੰਦ ਆਇਆ। ਵੈਰੀ ਗੁੱਡ, ਤੇ ਮੈਂ ਪਹੁੰਚ ਕੇ ਦਿਖਾਊਂਗਾ ਤੇ ਇਹ ਲੈ ਕੇ ਜਾਊਂਗਾ। ਤੇ ਹੁਣ ਮੈਗਾ ਆਡੀਸ਼ਨ ਦੀ ਤਿਆਰੀ ਹੋਰ ਡਬਲ? ਪੂਰੀ ਜੀ ਪੂਰੀ ਤਿਆਰੀ ਕਰਕੇ ਤੇ ਆ ਲੈ ਕੇ ਜਾਣਾ, ਇੱਥੇ ਲੈ ਕੇ ਜਾਵਾਂਗੇ। ਕੀ ਬਾਤ ਹੈ, ਓਕੇ ਆਲ ਦਾ ਵੈਰੀ ਬੈਸਟ, ਮਿਲਦਾ ਮੈਗਾ ਆਡੀਸ਼ਨ ਸੱਚ। ਹਾਂਜੀ ਵੇਟਿੰਗ ਵਾਲੇ ਭੇਜੀਏ। ਹਾਂ ਚਲੋ ਬਈ, ਤੁਹਾਨੂੰ ਸਭ ਨੂੰ ਮੈਂ 1-1 ਮਿੰਟ ਦਾ ਟਾਈਮ ਦਿਆਂਗਾ, ਸੇਮ ਟੌਪਿਕ ਹੈਗਾ ਚਾਰਾਂ ਲਈ। ਅਤੇ ਹੁਣ ਤੁਸੀਂ ਇਹ ਸੋਚੋ ਕਿ ਕੱਲ੍ਹ ਸਵੇਰੇ ਤੁਸੀਂ ਜਦ ਸੌਂ ਕੇ ਉੱਠੋਗੇ ਤਾਂ ਤੁਸੀਂ ਆਦਮੀ ਨਹੀਂ ਔਰਤ ਬਣ ਚੁੱਕੇ ਹੋ, ਅਤੇ ਤੁਸੀਂ ਆਪਣੀ ਲਾਈਫ ਵਿੱਚ ਅੱਗੇ ਵਧਣ ਲਈ ਕੀ ਕਰੋਗੇ ਅਤੇ ਕੀ ਹੋਏਗਾ, ਇਹ ਤੁਸੀਂ ਸਾਨੂੰ 1 ਮਿੰਟ 'ਚ ਦੱਸਣਾ ਹੈ। ਮੈਂ ਤੁਹਾਨੂੰ ਟਾਈਮ ਦੱਸਾਂਗਾ ਕਦ ਤੁਸੀਂ ਕਰੋਗੇ ਜੀ। ਭਾਜੀ ਪਹਿਲਾਂ ਇੱਧਰੋਂ ਕਰਵਾ ਲਓ ਜੀ, ਸਟਾਰਟਿੰਗ 'ਚੋਂ। ਚੱਲ ਇੱਧਰ ਫੜਾ ਦੇ ਮਾਈਕ। ਤੁਸੀਂ ਰੈਡੀ ਹੋ? ਹਾਂਜੀ ਹਾਂਜੀ ਸਰ, ਸਟਾਰਟ। ਪਹਿਲਾਂ ਤਾਂ ਬਹੁਤ ਹੈਰਾਨੀ ਹੋਊਗੀ ਇਸ ਚੀਜ਼ 'ਤੇ, ਬਟ ਫਿਰ ਜੇ ਐਜ਼ ਅ ਗੋਡ ਗਿਫਟ ਮਿਲਿਆ ਮੈਨੂੰ ਖੁਸ਼ੀ ਹੋਊਗੀ, ਮੈਂ ਉਸ 'ਚ ਵਿਚਰਨ ਦੀ ਕੋਸ਼ਿਸ਼ ਕਰਾਂਗਾ। ਅਤੇ ਔਰਤ ਬਣਨਾ ਕੋਈ ਮਾੜੀ ਚੀਜ਼ ਨਹੀਂ ਹੈ, ਕਿਉਂਕਿ ਆਪਣੇ ਹਿਸਟਰੀ 'ਚ ਵੀ ਬਹੁਤ ਸਾਰੀਆਂ, ਜਿਵੇਂ ਮਦਰ ਟਰੇਸਾ ਹੋ ਗਈ, ਰਾਣੀ ਲਕਸ਼ਮੀ ਬਾਈ, ਉਹਨਾਂ ਨੇ ਵੀ ਬਹੁਤ ਚੀਜ਼ਾਂ ਦੇਸ਼ ਲਈ ਕੀਤੀਆਂ, ਅਤੇ ਮੈਨੂੰ ਖੁਸ਼ੀ ਹੋਊਗੀ ਇਸ ਚੀਜ਼ 'ਤੇ ਕਿਉਂਕਿ ਮੈਨੂੰ ਇਹ ਵੀ ਓਪਰਚੁਨਿਟੀ ਮਿਲ ਰਹੀ ਹੈ, ਜਿਸ ਨਾਲ ਮੈਂ ਆਪਣੇ ਇਹ ਜਿਹੜੀ ਮੇਰੇ 'ਚ ਖਾਸੀਅਤ ਹੈ ਉਸ ਚੀਜ਼ ਨੂੰ ਅੱਗੇ ਫੋਲੋ ਕਰਾਂਗੇ। ਟਾਈਮ ਅਪ, ਸਟਾਰਟ। ਜਿੱਦਾਂ ਮੈਂ ਔਰਤ ਬਣ ਜਾਂ ਤਾਂ ਮੈਨੂੰ ਇੱਕ ਸੁਭਾਗ ਹਾਸਿਲ ਹੋਊਗਾ ਵੀ ਮੈਂ ਇੱਕ ਦੂਸਰਾ ਜਨਮ ਮਿਲ ਗਿਆ ਮੈਨੂੰ ਇਸ ਜਨਮ ਦੇ ਵਿੱਚ ਔਰਤ ਦਾ, ਵੀ ਇੱਕ ਪਹਿਲਾਂ ਮੈਂ ਇਨਸਾਨ ਮਰਦ ਬਣਿਆ ਬਾਅਦ ਵਿੱਚ ਔਰਤ ਬਣਿਆ, ਇਹ ਕਿਸੇ ਨੂੰ ਮੈਨੂੰ ਨਹੀਂ ਲੱਗਦਾ ਮਿਲੂਗਾ, ਜੇ ਮਿਲੂਗਾ ਤਾਂ ਕਾਫੀ ਮਾਣ ਹਾਸਿਲ ਕਰੂੰਗਾ ਮੈਂ ਇਸ ਗੱਲ 'ਤੇ। ਥੈਂਕ ਯੂ। ਚਲੋ ਜੀ, ਤੁਸੀਂ ਟਾਈਮ ਤੋਂ ਪਹਿਲਾਂ ਹੀ ਬੰਦ ਕਰਤਾ, ਰੈਡੀ ਹੋ ਜੀ ਤੁਸੀਂ, ਸਟਾਰਟ। ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਇੱਕ ਔਰਤ ਦਾ ਕਿਰਦਾਰ ਬਾਰੇ ਦੱਸਣ ਜਾ ਰਿਹਾ, ਕਿਉਂਕਿ ਉਹ ਔਰਤ ਖਾਸ ਕਰਕੇ ਪੰਜਾਬ ਦੀ ਔਰਤ ਜਿਹਨੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਪਰ ਜਨਮ ਲੈ ਕੇ ਅਤੇ ਅੱਗੇ ਗੁਰੂਆਂ ਪੀਰਾਂ ਨੂੰ ਹੀ ਜਨਮ ਦਿੱਤਾ, ਜਿਹਨੇ ਸੂਰਵੀਰ ਯੋਧੇ ਪੈਦਾ ਕੀਤੇ, ਇੱਕ ਗਾਦਰੀ ਗੁਲਾਬ ਕੌਰ ਹੀ ਸੀ ਜਿਹਨੇ ਮਰਦਾਂ ਨਾਲੋਂ ਵੀ ਅੱਗੇ ਵੱਧ ਕੇ ਜੰਗ ਦੇ ਵਿੱਚ ਹਿੱਸਾ ਪਾਇਆ ਸੀ। ਅਤੇ ਮੈਂ ਵੀ ਅੱਗੇ ਤੋਂ ਇਹੀ ਕੋਸ਼ਿਸ਼ ਕਰਾਂਗੀ ਅਤੇ ਸਮਾਜ ਦੇ ਲਈ ਇੱਕ ਵਧੀਆ ਰਾਹ ਦਸੇਰਾ ਬਣੇ, ਤਾਂ ਕਿ ਜਿਹੜੀਆਂ ਅੱਗੇ ਦੀਆਂ ਮਾਵਾਂ ਨੇ ਟਾਈਮ ਉਹ
स्टार्ट। अक्सर ही आप रोड के उत्ते देखते हैं कि यार फलानी कुड़ी बहुत सोहनी जा रही आ, उदों जदों मैं एक कुड़ी होऊंगा तो मैनू भी लोग उदा ही टोंट मारनगे, तो दिन उदो जो मैनू कोई इदा की चीज़ बोलूगा तो मैनू कि फील होगा, मैं उस चीज़ में रिएक्ट करूँगा कि हाँ जो अपने तो बीती आ जो बाप की पग रुलूगी फिर पता लगेगा। ये अक्सर ही आप बहुत ही अजक यह बहुत ज़्यादा कॉमन हो चुके आ, आप हर जगह तो ये चीज़ देखते हैं कि हरेकू पटोला या पटाका कह के ही बुलाया जाता। अरे यार मैं पहला एक गल कह, तुसी अपने वालों शायद कुछ अड बोले है लेकिन चारों की गल्ला सेम सी। असी यह देखना चाहते सी किहड़ा आदमी हाजिर जवाब है, टॉपिक सारे नू नाल मिले ने। ओके जी, तुसी तुहानू तुहाडे कोल सब तो ज़्यादा टाइम सी क्योंकि एक दो तीन तीन मिनट का टाइम सी तुहाडे कोल, तुसी कुछ तो डिफरेंट कर सकते सी। आ जाओ जी बाकी चारों भी आ जाओ। लो जी ताड़े चों तीन मुंडे सिलेक्ट हुए ने, है ना। पहला असी जिन्हूं मैं देना चाहने मैं भाजी नूं रिक्वेस्ट करांगा। समाचार समाप्त करिए। नहीं यार बट मैं पता की चाहना बाकी उन पे नहीं देखो एक बार जॉब देखो जेड़े विनर है गल पता की भाजी कुछ गल मेरी भी कुछ है साडे भी अपने भी डिसीजन हो सकते हैं। डंड चाहे वो मारनो पहला हट गया सी पर मारे होने भी खासे, सो मैं चाहना के नहीं यार जब आप एक बार डिसीजन ले ले तो फिर तो खत्म मुकर सकदे आ। नहीं पर मैं तो लिया नहीं सी ले, मैं थोनू अपना दसया वो दूजे नो दो डंड घट मारे आ बट पर देखो मैं तो जो तुम्हें कहना सी क्या बाकी उनका डिसीजन है यार, बार बार डिसीजन गरियाल साहब चेंज करोगे तो किस तरह रहेगा। इतना लंबा चौड़ा मुंडा है भी दंड मार के बह गया बस। तो जी मैं इन्हें ले जाना चाहना मेरे वालों तो ठीक ही है, मैं तो अपना डिसीजन देता बाकी तुम देख लो यार। ਬਈ ਦੋਸਤੋ ਬਾਕੀ ਜਿਹੜੇ ਤੁਸੀਂ ਹੈਗੇ ਹੋ ਛੋਟੇ ਵੀਰੋ, ਕਿਸੇ ਗੱਲ ਦਾ ਬੁਰਾ ਨਹੀਂ ਮੰਨਣਾ, ਅਸੀਂ ਤੁਹਾਡੇ ਵੱਡੇ ਭਰਾਵਾਂ ਵਾਂਗੂ ਹਾਂ, ਸੋ ਜੋ ਸਾਨੂੰ ਠੀਕ ਲੱਗਿਆ ਅਸੀਂ ਉਹ ਕੀਤਾ, ਇਹ ਵੀ ਸਾਡੇ ਵਾਸਤੇ ਉਨੇ ਪਿਆਰੇ ਆ ਜਿੰਨੇ ਪਿਆਰੇ ਤੁਸੀਂ। ਸੌਰੀ ਗਾਇਸ, ਤੁਸੀਂ ਥੋੜ੍ਹੀ ਮਿਹਨਤ ਕਰੋ ਅਗਲੀ ਵਾਰ ਫਿਰ ਦੇਖ। ਚਲੋ ਮੁਲਾਕਾਤ ਹੁੰਦੀ ਹੈ। ਲਓ ਜੀ ਫਿਰ ਤਰੁਣ ਜੀ ਲੁਧਿਆਣੇ ਦਾ ਤਾਂ ਨਿਬੜ ਗਿਆ ਕੰਮ, ਹੁਣ ਵਾਰੀ ਆਉਂਦੀ ਹੈ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ। ਵੱਡੀ ਗੱਲ ਪਤਾ ਕੀ ਹੈ, ਚੰਡੀਗੜ੍ਹ 'ਚ ਨਾ ਸਾਰੇ ਪੰਜਾਬ ਤੋਂ ਮੁੰਡੇ ਪੜ੍ਹ ਰਹੇ ਆ ਜਾਂ ਮਤਲਬ ਸਾਰੇ ਪੰਜਾਬ ਤੋਂ ਵਧੀਆ ਵਧੀਆ ਮੁੰਡੇ ਉੱਥੇ ਇਕੱਠੇ ਹੋਏ ਹੁੰਦੇ ਆ, ਇਸ ਕਰਕੇ ਉਮੀਦਾਂ ਹੋਰ ਵੱਧ ਜਾਂਦੀਆਂ ਕਿ ਚੰਡੀਗੜ੍ਹ ਬਹੁਤ ਜ਼ਿਆਦਾ। ਮੈਨੂੰ ਪਤਾ ਨਹੀਂ ਕਿਉਂ, ਮੈਂ ਇੱਕ ਛੋਟੀ ਜਿਹੀ ਗੱਲ ਇੱਥੇ ਐਡ ਹੈ ਕਰਾਂਗਾ, ਮੈਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਚੰਡੀਗੜ੍ਹ ਦੇ ਮੁੰਡਿਆਂ 'ਚ ਨਾ ਉਹ ਜਜ਼ਬਾ ਨਹੀਂ ਹੈ ਜੋ ਬਾਕੀ ਦੇ ਪੰਜਾਬ ਵਿੱਚ ਮੈਨੂੰ ਨਜ਼ਰ ਆਉਂਦਾ ਨਾ। ਦੇਖੋ ਥੋੜ੍ਹਾ ਜਿਹਾ ਉੱਥੇ ਚੰਡੀਗੜ੍ਹ 'ਚ ਵੀ ਇੱਥੋਂ ਵਾਲੇ ਹੀ ਨੇ, ਕੋਈ ਮੋਗੇ ਵਾਲਾ, ਕੋਈ ਬਠਿੰਡੇ ਵਾਲਾ, ਕੋਈ ਉੱਥੇ ਜਾ ਕੇ ਕੋਈ ਅੰਮ੍ਰਿਤਸਰ ਵਾਲਾ, ਉੱਥੇ ਜਾ ਕੇ ਥੋੜ੍ਹੇ ਲੀਕ ਹੋ ਜਾਂਦੇ ਨੇ ਪੂਰੇ ਪੰਜਾਬ ਦੀ ਕਰੀਮ ਉੱਥੇ ਨਾਲ ਇਕੱਠੀ ਹੋਈ ਹੋਵੇ ਜਜਮੈਂਟ ਨੂੰ ਦਿੰਦੇ ਹੋਏ। ਉਮੀਦ ਹੈ ਤੁਹਾਨੂੰ ਵੀ ਓਡਾ ਹੀ ਮਜ਼ਾ ਆ ਰਿਹਾ ਹੋਣਾ ਇਸ ਜਜਮੈਂਟ ਨੂੰ ਵੇਖਦੇ ਹੋਏ, ਇਹਨਾਂ ਦੇ ਬੱਚਿਆਂ ਦੀ ਕਾਰਸਤਾਨੀਆਂ ਨੂੰ ਵੇਖਦੇ ਹੋਏ। ਐਸੇ ਕਾਰਸਤਾਨੀ 'ਚ ਅਗਲੀ ਕੜੀ ਹੋਏਗੀ, ਮਿਲਦੇ ਹਾਂ ਚੰਡੀਗੜ੍ਹ। ਢੇਰ ਸਾਰੀ ਮਸਤੀ ਤੇ ਫਨ ਦੇ ਨਾਲ ਮਿਸਟਰ ਪੰਜਾਬ 2016 ਦੇ ਸ਼ਹਿਰ ਲੁਧਿਆਣਾ ਦੇ ਆਡੀਸ਼ਨਸ ਇੱਥੇ ਹੀ ਖਤਮ ਹੁੰਦੇ ਨੇ।
ਜਿੱਥੇ ਮੈਗਾ ਆਡੀਸ਼ਨਸ ਲਈ ਚੁਣੇ ਗਏ ਡੈਸ਼ਿੰਗ, ਐਨਰਜੈਟਿਕ ਐਂਡ ਡਰਾਮੈਟਿਕ ਗੱਭਰੂ ਹੁਣ ਇਹੋ ਜਿਹੇ ਹੀ ਹੋਰ ਟੈਲੈਂਟਡ ਗੱਭਰੂਆਂ ਦੀ ਤਲਾਸ਼ ਵਿੱਚ ਸਾਡਾ ਕਾਫਿਲਾ ਪਹੁੰਚੇਗਾ ਇੱਕ ਹੋਰ ਬਹੁਤ ਹੀ ਖੂਬਸੂਰਤ ਸ਼ਹਿਰ ਚੰਡੀਗੜ੍ਹ।